13-0 ਦੇ ਪਿਛੋਕੜ ਦੇ ਵਿੱਚ ਤੁਹਾਡਾ ਦਾਅਵਾ ਕੀ ਹੈ? ਆਮ ਆਦਮੀ ਪਾਰਟੀ ਜਿਹੜੀ ਹੈ ਜਦੋਂ ਦੀ ਬਣੀ ਹੈ ਔਰ ਜਦੋਂ ਦੀਆਂ ਸਾਡੀਆਂ ਸਰਕਾਰਾਂ ਬਣੀਆਂ ਨੇ, ਚਾਹੇ ਉਹ ਦਿੱਲੀ ਦੀਆਂ ਸਰਕਾਰਾਂ ਨੇ ਤੇ ਚਾਹੇ ਪੰਜਾਬ ਦੀ ਸਰਕਾਰ ਹੈ, ਪੰਜਾਬ ਦੇ ਔਰ ਦਿੱਲੀ ਦੇ ਲੋਕ ਜਾਣਦੇ ਨੇ ਔਰ ਸਾਰੇ ਦੇਸ਼ ਦੇ ਲੋਕ ਜਾਣਦੇ ਨੇ ਕਿ ਅਸੀਂ ਲੋਕਾਂ ਲਈ ਕੰਮ ਕਰਦੇ ਹਾਂ। ਓਵਰਆਲ ਸਾਡਾ ਜਿਹੜਾ ਮੰਤਰ ਹੈਗਾ ਜਿਹਨੂੰ ਆਪਾਂ ਕਹੀਏ, ਉਹ ਲੋਕਾਂ ਦੀ ਸੇਵਾ, ਲੋਕਾਂ ਨੂੰ ਇੱਕ ਬਿਹਤਰ ਜੀਵਨ ਦੇਣਾ ਹੈਗਾ। ਔਰ ਸਾਡੇ ਜਿਹੜੇ ਪਾਰਟੀ ਸੁਪਰੀਮੋ ਨੇ ਉਹ ਵੀ ਕਹਿੰਦੇ ਨੇ ਕਿ ਦੇਸ਼ ਨੂੰ ਨੰਬਰ ਇੱਕ ਬਣਾਉਣਾ, ਔਰ ਦੇਸ਼ ਨੰਬਰ ਇੱਕ ਉਦੋਂ ਬਣੇਗਾ ਜਦੋਂ ਦੇਸ਼ ਦੇ ਹਰ ਨਾਗਰਿਕ ਦਾ ਜੀਵਨ ਜਿਹੜਾ ਉਹ ਨੰਬਰ ਇੱਕ ਬਣੇਗਾ। ਵੀਰਲੇ ਆਦਮੀ ਤੱਕ ਸਾਰੇ ਲਾਭ ਪਹੁੰਚਾਉਣ ਲਈ ਕੀ ਪ੍ਰਾਪਤੀਆਂ ਨੇ ਤੁਹਾਡੀ? ਦੇਖੋ, ਸਾਡੀਆਂ ਪ੍ਰਾਪਤੀਆਂ ਕਿਸੇ ਤੋਂ ਛੁਪੀਆਂ ਨਹੀਂ ਹੋਈਆਂ। ਇੱਕ ਤਾਂ ਆਉਂਦਿਆਂ ਸਾਰ ਹਰੇਕ ਪਰਿਵਾਰ ਨੂੰ ਇਰਰਿਸਪੈਕਟਿਵ ਆਫ ਦੇਅਰ ਕਾਸਟ ਐਂਡ ਕ੍ਰੀਡ ਜਿਹੜਾ ਹੈ 300 ਯੂਨਿਟ ਬਿਜਲੀ ਹਰ ਮਹੀਨੇ ਦੀ ਫ੍ਰੀ ਦੇਣਾ ਜਿਹੜਾ ਹੈ ਉਹ ਬੜੀ ਵੱਡੀ ਪ੍ਰਾਪਤੀ ਸੀਗੀ। ਫਿਰ 43,000 ਨੌਕਰੀਆਂ, ਨਵੀਆਂ ਨੌਕਰੀਆਂ ਜਿਹੜੀਆਂ ਪਿਓਰਲੀ ਮੈਰਿਟ ਬੇਸਿਸ ਤੇ, ਬਿਨਾਂ ਕਿਸੇ ਸਿਫਾਰਿਸ਼ ਦੇ, ਬਿਨਾਂ ਕਿਸੇ ਰਿਸ਼ਵਤ ਦੇ, ਜਿਹੜੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੇ। ਮੋਰ ਤਾਂ ਪਿਛਲੇ ਹਫ਼ਤੇ ਉਸ ਸਮੇਂ ਲੱਗ ਗਈ ਜਦੋਂ ਨਵਜੋਤ ਸਿੱਧੂ ਜੀ ਆਪਣੀ ਮਿਸਿਜ਼ ਨੂੰ ਨਾਲ ਲੈ ਕੇ, ਜਿਨ੍ਹਾਂ ਨੂੰ ਅਨਫੋਰਚੁਨੇਟਲੀ ਕੈਂਸਰ ਦੀ ਪ੍ਰੋਬਲਮ ਹੈ, ਉਹਨਾਂ ਨੂੰ ਨਾਲ ਲੈ ਕੇ ਰਜਿੰਦਰਾ ਹਸਪਤਾਲ ਗਏ ਉੱਥੇ ਦੇ ਡਾਕਟਰਾਂ ਦੇ ਨਾਲ ਪਰਾਮਰਸ਼ ਕਰਨ ਦੇ ਲਈ। ਸਾਡੇ ਹਾਲਾਂਕਿ ਕੱਟੜ ਵਿਰੋਧੀ ਨੇ ਭਾਜਪਾ ਵਾਲੇ, ਪਰ ਉਹਨਾਂ ਦੇ ਗ੍ਰਹਿ ਰਾਜ ਮੰਤਰੀ ਨੇ ਵੀ ਲੋਕ ਸਭਾ ਦੇ ਵਿੱਚ ਮੰਨਿਆ ਕਿ ਪੰਜਾਬ ਦਾ ਲਾਅ ਐਂਡ ਆਰਡਰ 16 ਸਟੇਟਸ ਨਾਲੋਂ ਬੈਟਰ ਸੀਗਾ। ਬਜਟ ਜਿਹੜਾ ਹੈ ਸਾਡਾ, ਤੁਸੀਂ ਦੇਖੋ ਕਿ 2 ਸਾਲ ਦੇ ਅੰਦਰ ਅੰਦਰ 2.25 ਲੱਖ ਕਰੋੜ ਤੋਂ 2,04,000 ਕਰੋੜ ਤੱਕ ਪਹੁੰਚ ਗਿਆ ਹੈਗਾ। 8 ਕਰੋੜ ਰੁਪਏ ਤਾਂ ਮੋਦੀ ਸਾਹਿਬ ਨੇ ਆਪਣੇ ਦੋਸਤਾਂ ਦੇ ਮਾਫ਼ ਕਰਤੇ। ਜੇ ਗਰੀਬ ਆਦਮੀ ਆਪਣੇ ਘਰ ਦੀਆਂ 3 ਕਿਸ਼ਤਾਂ ਨਹੀਂ ਦਿੰਦਾ ਤਾਂ ਉਹਦਾ ਘਰ ਵਿਕ ਜਾਂਦਾ ਹੈ। ਤੁਹਾਡੀ ਪਾਰਟੀ ਦਾ ਐਲਾਨ ਸੀ ਕਿ ਅਸੀਂ 2023 ਤੱਕ ਮਾਰਚ ਤੱਕ ਖੇਤੀ ਨੀਤੀ ਲਿਆਵਾਂਗੇ। ਖੇਤੀ ਨੀਤੀ ਦੇ ਲਈ ਸਰਕਾਰ ਸਾਡੀ ਬਹੁਤ ਗੰਭੀਰ ਹੈ। ਇਹ ਇੱਕ ਬੜਾ ਵੱਡਾ ਪ੍ਰੋਜੈਕਟ ਹੈ। ਤੁਸੀਂ ਦੇਖੋ ਕਿ ਪਿਛਲੇ 75 ਸਾਲਾਂ ਵਿੱਚ ਸਰਕਾਰਾਂ ਨੇ ਕੁਛ ਨਹੀਂ ਸੀ ਕੀਤਾ ਇਸ 'ਤੇ, ਪਰ ਸਾਡੀ ਸਰਕਾਰ ਨੇ ਆਉਂਦਿਆਂ ਹੀ ਇਸ 'ਤੇ ਕਮੇਟੀ ਦਾ ਗਠਨ ਕੀਤਾ ਹੋਇਆ ਔਰ ਬੜੀ ਐਡਵਾਂਸ ਸਟੇਜ 'ਤੇ ਹੈਗਾ ਔਰ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮਾਹਰ ਨੇ ਆਪਣੇ ਖੇਤੀ ਦੇ ਮਾਹਰ, PAU ਵਗੈਰਾ ਦੇ ਤਾਂ ਅਸੀਂ ਇੰਕਲੂਡ ਕੀਤੇ ਹੀ ਨੇ, ਪਰ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਕੰਸਲਟੈਂਸੀ ਫਰਮਸ ਹੈਗੀਆਂ ਨੇ ਉਹਨਾਂ ਨੂੰ ਅਸੀਂ ਇੰਕਲੂਡ ਕੀਤਾ ਹੈਗਾ ਤਾਂ ਕਿ ਹਰ ਪੱਖ ਤੋਂ ਜਿਹੜਾ ਹੈ ਖੇਤੀ ਨੀਤੀ ਨੂੰ ਪੜਚੋਲ ਕੇ ਉਹ ਬਣਾਇਆ ਜਾਏ। ਪੰਜਾਬੀਆਂ ਨੇ ਹੀ ਮੋਦੀ ਸਾਹਿਬ ਦੇ ਗੋਡੇ ਲਵਾਏ ਨੇ। ਪੰਜਾਬ ਵਿੱਚ ਹੀ ਉਹਨਾਂ ਨੂੰ ਸਿਰਫ 3 ਸੀਟਾਂ ਆਈਆਂ ਨੇ, ਹੁਣ 1 ਵੀ ਸੀਟ ਆਉਣ ਦੀ ਉਮੀਦ ਨਹੀਂ ਹੈ ਉਹਨਾਂ ਨੂੰ। ਔਰਤ ਉਮੀਦਵਾਰ ਤੁਸੀਂ 1 ਵੀ ਨਹੀਂ ਦੇ ਸਕੇ? ਦੇਖੋ ਵੜੈਚ ਸਾਹਿਬ, ਸਾਡੀ ਤਾਂ ਹਜੇ ਸਿਰਫ 12 ਸਾਲ ਪੁਰਾਣੀ ਪਾਰਟੀ ਹੈਗੀ ਹੈ, ਆਮ ਲੋਕ ਹੈਗੇ ਹਾਂ ਅਸੀਂ। ਸੋ ਤੁਸੀਂ ਸਹਿਮਤ ਹੋਵੋਗੇ ਕਿ ਪਾਰਟੀ ਨੂੰ ਡੈਵਲਪ ਹੁੰਦਿਆਂ, ਉਹਦਾ ਕੇਡਰ ਡੈਵਲਪ ਹੁੰਦਿਆਂ, ਉਹਦੀਆਂ ਜੜ੍ਹਾਂ ਲੱਗਦਿਆਂ ਬਹੁਤ ਸਮਾਂ ਲੱਗਦਾ। ਦੂਜੀਆਂ ਪਾਰਟੀਆਂ ਜਿਹੜੀਆਂ 135-135 ਸਾਲ ਪੁਰਾਣੀਆਂ ਨੇ, ਉਹਨਾਂ ਨੇ ਕਿੰਨੇ ਕੁ ਵੁਮਨ ਕੈਂਡੀਡੇਟਸ ਦੇ ਤੇ, ਆਪਾਂ ਉਹਦੇ ਵੱਲ ਵੀ ਝਾਤ ਮਾਰੀਏ। ਅਕਾਲੀ ਦਲ ਨੇ ਕਿੰਨੇ ਦੇ ਤੇ, ਅਤੇ ਕਾਂਗਰਸ ਨੇ ਕਿੰਨੇ ਦੇ ਤੇ, ਅਤੇ ਭਾਜਪਾ ਨੇ ਕਿੰਨੇ ਦੇ ਤੇ। ਕਾਂਗਰਸ ਕਿਸੇ ਤਰ੍ਹਾਂ ਦੀ ਵੀ ਟੱਕਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਦੇ ਸਕੇਗੀ? ਜਿੱਥੇ ਤੱਕ ਅਕਾਲੀਆਂ ਦਾ ਸਵਾਲ ਹੈਗਾ ਸਰ, ਜਿੰਨੇ ਬਦਨਾਮ ਅੱਜ ਅਕਾਲੀ ਹੈਗੇ ਹੈ
ਉਹਨਾਂ ਮੇਰੇ ਖਿਆਲ ਨਾਲ ਪੰਜਾਬ 'ਚ ਕਦੀ ਕੋਈ ਬਦਨਾਮ ਰਿਹਾ ਹੀ ਨਹੀਂ। ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹਾਂ ਅਸੀਂ ਲੋਕ ਸਭਾ ਦੰਗਲ 2024। ਜਿਵੇਂ ਕਿ ਸਾਰਿਆਂ ਦਾ ਧਿਆਨ ਹੁਣ ਲੱਗਿਆ ਹੋਇਆ 1 ਜੂਨ ਵਿੱਚ, ਖਾਸ ਤੌਰ 'ਤੇ ਪੰਜਾਬ ਵਾਸੀਆਂ ਦਾ, ਕਿਉਂਕਿ ਬਾਕੀ 6 ਗੇੜਾਂ ਦੀਆਂ ਵੋਟਾਂ ਸਾਰੇ ਹਿੰਦੁਸਤਾਨ ਭਰ ਦੇ ਵਿੱਚ ਪੈ ਚੁੱਕੀਆਂ ਨੇ ਔਰ ਪੰਜਾਬ ਦਾ ਹੁਣ ਆਖਰੀ ਗੇੜ ਦੇ ਵਿੱਚ, 7ਵੇਂ ਗੇੜ ਵਿੱਚ 1 ਤਰੀਕ ਨੂੰ ਪੰਜਾਬੀਆਂ ਨੇ ਆਪਣੇ ਨੁਮਾਇੰਦੇ ਚੁਣਨੇ ਨੇ 18ਵੀਂ ਲੋਕ ਸਭਾ ਵਾਸਤੇ। ਔਰ ਸਾਡੀ ਹੁਣ ਇਹ ਕੋਸ਼ਿਸ਼ ਹੈ ਕਿ ਅਸੀਂ ਵੱਖ ਵੱਖ ਪਾਰਟੀਆਂ ਦੇ ਨਾਲ ਰਾਬਤਾ ਰੱਖੀਏ ਅਤੇ ਉਹਨਾਂ ਤੋਂ ਜਾਣੀਏ ਕਿ ਉਹਨਾਂ ਨੇ ਗਰਾਊਂਡ ਲੈਵਲ 'ਤੇ ਜਾ ਕੇ ਜਿਹੜੇ ਕੰਮ ਕੀਤੇ ਆ ਜਾਂ ਜਿਹੜੇ ਉਹ ਕਲੇਮ ਕਰਦੇ ਆ ਅਤੇ ਉਹਨਾਂ ਦੀ ਆਪਣੀ ਅਸੈਸਮੈਂਟ ਕੀ ਹੈ। ਸੋ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ 'ਤੇ ਆਮ ਆਦਮੀ ਪਾਰਟੀ ਦੇ ਵਿਸ਼ੇਸ਼ ਨੁਮਾਇੰਦੇ ਨੇ ਮੇਜਰ RPS ਮਲਹੋਤਰਾ। ਮਲਹੋਤਰਾ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ। ਬੜਾ ਅੱਛਾ ਮਲਹੋਤਰਾ ਸਾਹਿਬ, ਸਿਰੇ ਲੱਗ ਗਈ ਹੈ ਚੋਣ, ਪੀਕ 'ਤੇ ਆ ਚੁੱਕੀ ਹੋਈ ਹੈ ਕੰਪੇਨ ਇਸ ਵਕਤ ਔਰ ਜ਼ੋਰ ਲੱਗਿਆ ਹੋਇਆ, ਜਿਵੇਂ ਕਹਿੰਦੇ ਹੁੰਦੇ ਆ ਕਿ ਵੀ ਪੱਬਾਂ ਭਾਰ ਸਾਰੀਆਂ ਪਾਰਟੀਆਂ ਹੋਈਆਂ ਪਈਆਂ ਨੇ ਔਰ ਖਾਸ ਤੌਰ 'ਤੇ ਤੁਹਾਡੀ ਪਾਰਟੀ ਵਾਸਤੇ ਇੱਕ ਬੜਾ ਵੱਡਾ ਚੈਲੰਜ ਆ, ਕਿਉਂਕਿ ਤੁਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਜਿਹੜਾ ਉਹ ਇੰਨੇ ਵੱਡੇ ਪੱਧਰ 'ਤੇ ਚੋਣਾਂ ਜਿਹੜੀਆਂ ਉਹ ਲੜਦੇ ਪਏ ਹੋ ਔਰ ਇਸ ਦਾਅਵੇ ਨਾਲ ਕਿ ਤੁਸੀਂ 13-0 ਕਰਨਾ। ਸੋ ਹੁਣ ਤੱਕ ਦਾ ਜਿਹੜਾ ਤੁਹਾਡਾ ਦਾਅਵਾ ਹੈ 13-0 ਕਰਨ ਦਾ, ਮਾਨ ਸਾਹਿਬ ਕਹਿੰਦੇ ਆ, ਕੇਜਰੀਵਾਲ ਸਾਹਿਬ ਕਹਿੰਦੇ ਆ, ਤੁਹਾਡੇ ਲੀਡਰ ਪਾਰਟੀ ਕਹਿੰਦੀ ਆ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਿਹੜੇ ਕਿਹੜੇ ਕੰਮ ਨੇ, ਕਿਹੜੀਆਂ ਕਿਹੜੀਆਂ ਸਥਿਤੀਆਂ ਤੁਸੀਂ ਇਹਨਾਂ 2-2.5 ਸਾਲਾਂ ਦੇ ਵਿੱਚ ਬਣਾਈਆਂ ਨੇ, ਲੋਕਾਂ ਨੂੰ ਕੀ ਦਿੱਤਾ ਹੈ ਜਾਂ ਤੁਹਾਨੂੰ ਲੱਗਦਾ ਕਿ ਲੋਕ ਤੁਹਾਡੇ ਵੱਲ ਆ ਗਏ ਨੇ? ਅਸੀਂ ਉਹਦੇ ਬਾਰੇ ਜਾਣਨਾ ਚਾਹਾਂਗੇ ਕਿ 13-0 ਦੇ ਪਿਛੋਕੜ ਦੇ ਵਿੱਚ ਤੁਹਾਡਾ ਦਾਅਵਾ ਕੀ ਹੈ। ਬੜਾ ਚਾਹ ਦੇਖੋ, ਜਿਹੜੀਆਂ ਸਟੇਟ ਦੀਆਂ ਚੋਣਾਂ ਹੁੰਦੀਆਂ ਨੇ ਜਿਵੇਂ ਕਿ 2022 ਵਿੱਚ ਹੋਈਆਂ ਔਰ ਕੇਂਦਰ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਜਿਹੜੀਆਂ ਕਿ ਹੁਣ ਹੋ ਰਹੀਆਂ ਨੇ, ਆਪ ਜੀ ਸਹਿਮਤ ਹੋਊਗੇ ਕਿ ਦੋਨਾਂ ਦੇ ਵਿੱਚ ਫਰਕ ਹੁੰਦਾ ਹੈ, ਦੋਨਾਂ ਦੇ ਮੁੱਦਿਆਂ ਦੇ ਵਿੱਚ ਫਰਕ ਹੁੰਦਾ ਹੈ ਔਰ ਦੋਨਾਂ ਦੇ ਪੱਧਰ ਦੇ ਵਿੱਚ ਫਰਕ ਹੁੰਦਾ ਹੈਗਾ ਜੀ। ਲੇਕਿਨ ਲੋਕਾਂ ਦੇ ਲਈ ਇੱਕ ਪਾਰਟੀ ਜਿਹੜੀ ਹੈ ਉਹ ਪਾਰਟੀ ਹੀ ਹੁੰਦੀ ਹੈ, ਚਾਹੇ ਉਹਨੇ ਸਟੇਟ ਲੈਵਲ 'ਤੇ ਇਲੈਕਸ਼ਨ ਲੜਨੀ ਹੋਏ, ਚਾਹੇ ਉਹ ਸੈਂਟਰ ਲੈਵਲ 'ਤੇ ਇਲੈਕਸ਼ਨ ਲੜਨੀ ਹੋਏ, ਕਿਉਂਕਿ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਉਸਦੀਆਂ ਨੀਤੀਆਂ, ਉਸ ਵੱਲੋਂ ਕੀਤੇ ਜਾਣ ਵਾਲੇ ਕੰਮ ਅਤੇ ਉਹਦਾ ਅਕਸ ਜਿਹੜਾ ਹੈ ਉਹ ਨਿਰਧਾਰਿਤ ਕਰਦੀਆਂ ਨੇ। ਸੋ ਆਮ ਆਦਮੀ ਪਾਰਟੀ ਜਿਹੜੀ ਹੈ ਜਦੋਂ ਦੀ ਬਣੀ ਹੈ ਔਰ ਜਦੋਂ ਦੀਆਂ ਸਾਡੀਆਂ ਸਰਕਾਰਾਂ ਬਣੀਆਂ ਨੇ, ਚਾਹੇ ਉਹ ਦਿੱਲੀ ਦੀਆਂ ਸਰਕਾਰਾਂ ਨੇ ਅਤੇ ਚਾਹੇ ਪੰਜਾਬ ਦੀ ਸਰਕਾਰ ਹੈ, ਪੰਜਾਬ ਦੇ ਔਰ ਦਿੱਲੀ ਦੇ ਲੋਕ ਜਾਣਦੇ ਨੇ ਔਰ ਸਾਰੇ ਦੇਸ਼ ਦੇ ਲੋਕ ਜਾਣਦੇ ਨੇ ਕਿ ਅਸੀਂ ਲੋਕਾਂ ਲਈ ਕੰਮ ਕਰਦੇ ਹਾਂ, ਲੋਕਾਂ ਨੂੰ ਚੰਗਾ ਜੀਵਨ ਦੇਣ ਦੇ ਲਈ ਕੰਮ ਕਰਦੇ ਹਾਂ, ਉਹਨਾਂ ਦਾ ਜੀਵਨ ਪੱਧਰ ਉੱਚਾ ਚੱਕਣ ਦੇ ਲਈ ਕੰਮ ਕਰਦੇ ਹਾਂ ਔਰ ਖਾਸ ਤੌਰ 'ਤੇ ਭ੍ਰਿਸ਼ਟਾਚਾਰ ਦੇ ਖਿਲਾਫ ਸਾਡੀ ਪਾਰਟੀ ਜਿਹੜੀ ਆ ਉਹ ਹਮੇਸ਼ਾ ਖੜੀ ਹੁੰਦੀ ਆਈ ਹੈਗੀ ਹੈ ਜੀ। ਸੋ ਓਵਰਆਲ ਸਾਡਾ ਜਿਹੜਾ ਮੰਤਰ ਹੈਗਾ ਜਿਹਨੂੰ ਆਪਾਂ ਕਹੀਏ ਉਹ ਲੋਕਾਂ ਦੀ ਸੇਵਾ ਹੈ, ਲੋਕਾਂ ਨੂੰ ਇੱਕ ਬਿਹਤਰ ਜੀਵਨ ਦੇਣਾ ਹੈਗਾ ਔਰ ਸਾਡੇ ਜਿਹੜੇ ਪਾਰਟੀ ਸੁਪਰੀਮੋ ਨੇ ਉਹ ਵੀ ਕਹਿੰਦੇ ਨੇ ਕਿ ਦੇਸ਼ ਨੂੰ ਨੰਬਰ 1 ਬਣਾਉਣਾ ਹੈ ਔਰ ਦੇਸ਼ ਨੰਬਰ 1 ਉਦੋਂ ਬਣੇਗਾ ਜਦੋਂ ਦੇਸ਼ ਦੇ ਹਰ ਨਾਗਰਿਕ ਦਾ ਜੀਵਨ ਜਿਹੜਾ ਉਹ ਨੰਬਰ 1 ਬਣੇਗਾ। ਸੋ ਇਸ
ਮੰਤਰ ਨੂੰ ਨਾਲ ਲੈ ਕੇ ਅਸੀਂ ਹਮੇਸ਼ਾ ਚੱਲਦੇ ਹਾਂ। ਔਰ ਤੁਸੀਂ ਦੇਖੋ ਕਿ ਜਿਹੜੇ ਵੀ ਅਸੀਂ ਕੰਮ ਕੀਤੇ ਹਾਂ, ਚਾਹੇ ਦਿੱਲੀ 'ਚ ਕੀਤੇ ਹਾਂ, ਪੰਜਾਬ 'ਚ ਕੀਤੇ ਹਾਂ, ਕਿ ਚਾਹੇ ਉਹ ਪਾਣੀ ਦਾ ਹੋਵੇ, ਚਾਹੇ ਬਿਜਲੀ ਦਾ ਹੋਵੇ, ਚਾਹੇ ਸਿਹਤ ਦਾ, ਸਿੱਖਿਆ ਦਾ, ਰੁਜ਼ਗਾਰ ਦਾ, ਜਾਂ ਕਿਸਾਨਾਂ ਨਾਲ ਖੜੇ ਹੋਣਾ ਹੋਵੇ, ਜਾਂ ਔਰਤਾਂ ਦੇ ਲਈ ਕੰਮ ਕਰਨਾ ਹੋਵੇ, ਜਾਂ ਜਵਾਨਾਂ ਨੌਜਵਾਨਾਂ ਦੇ ਲਈ, ਵਪਾਰੀਆਂ ਦੇ ਲਈ, ਕਰਮਚਾਰੀਆਂ ਦੇ ਲਈ ਖੜਾ ਹੋਣਾ ਹੋਵੇ, ਉਹ ਅਸੀਂ ਉਸ ਮੰਤਰ ਨੂੰ ਹੀ ਮੁੱਖ ਰੱਖ ਕੇ ਕਰਦੇ ਹਾਂ ਕਿ ਸਾਡੇ ਜਿੰਨੇ ਵੀ ਨਾਗਰਿਕ ਨੇ ਉੱਪਰ ਤੋਂ ਲੈ ਕੇ ਥੱਲੇ ਤੱਕ, ਯਾਨੀ ਕਿ ਅਸੀਂ ਧਿਆਨ ਵਿੱਚ ਰੱਖਦੇ ਹਾਂ ਕਿ ਜਿਹੜਾ ਕਤਾਰ ਦੇ ਅਖੀਰ ਵਿੱਚ ਸਾਡਾ ਨਾਗਰਿਕ ਖੜਾ ਹੈ, ਉਸਦਾ ਜੀਵਨ ਪੱਧਰ ਅਸੀਂ ਕਿਵੇਂ ਉੱਚਾ ਚੁੱਕਣਾ ਹੈਗਾ ਜਾਂ ਚੁੱਕ ਸਕਦੇ ਹਾਂ, ਔਰ ਉਸਦੇ ਹਿਸਾਬ ਨਾਲ ਸਾਰੀਆਂ ਨੀਤੀਆਂ ਬਣਦੀਆਂ ਨੇ। ਕੀ ਪ੍ਰਾਪਤੀਆਂ ਤੁਸੀਂ, ਤੁਹਾਡੀਆਂ ਕੀ ਪ੍ਰਾਪਤੀਆਂ ਸਮਝਦੇ ਹੋ? ਇਹ ਤੁਸੀਂ ਵਿਚਾਰਧਾਰਾ ਦੀ ਜਿਹੜੀ ਗੱਲ ਕੀਤੀ ਆ, ਅਖੀਰਲੇ ਆਦਮੀ ਤੱਕ ਸਾਰੇ ਲਾਭ ਪਹੁੰਚਾਉਣ ਲਈ ਕੀ ਪ੍ਰਾਪਤੀਆਂ ਨੇ ਤੁਹਾਡੀਆਂ? ਦੇਖੋ, ਸਾਡੀਆਂ ਪ੍ਰਾਪਤੀਆਂ ਕਿਸੇ ਤੋਂ ਛੁਪੀਆਂ ਨਹੀਂ ਹੋਈਆਂ। ਇੱਕ ਤਾਂ ਆਉਂਦਿਆਂ ਸਾਰ ਹਰੇਕ ਪਰਿਵਾਰ ਨੂੰ ਇਰਰਿਸਪੈਕਟਿਵ ਆਫ ਦੇਅਰ ਕਾਸਟ ਐਂਡ ਕ੍ਰੀਡ ਜਿਹੜਾ ਹੈ 300 ਯੂਨਿਟ ਬਿਜਲੀ ਹਰ ਮਹੀਨੇ ਦੀ ਫ੍ਰੀ ਦੇਣਾ ਜਿਹੜਾ ਹੈ ਉਹ ਬੜੀ ਵੱਡੀ ਪ੍ਰਾਪਤੀ ਸੀਗੀ। ਫਿਰ 43,000 ਨੌਕਰੀਆਂ, ਨਵੀਆਂ ਨੌਕਰੀਆਂ ਜਿਹੜੀਆਂ ਪਿਓਰਲੀ ਮੈਰਿਟ ਬੇਸਿਸ ਤੇ, ਬਿਨਾਂ ਕਿਸੇ ਸਿਫਾਰਿਸ਼ ਦੇ, ਬਿਨਾਂ ਕਿਸੇ ਰਿਸ਼ਵਤ ਦੇ, ਜਿਹੜੀਆਂ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਨੇ। 40,000 ਤੋਂ ਉੱਤੇ ਜਿਹੜੇ ਕੰਟਰੈਕਟ ਤੇ ਮੁਲਾਜ਼ਮ ਕੰਮ ਕਰ ਰਹੇ ਸਨ ਉਹਨਾਂ ਨੂੰ ਪੱਕਾ ਕੀਤਾ ਗਿਆ ਹੈਗਾ। ਸਿਹਤ ਦੇ ਖੇਤਰ 'ਚ ਬਹੁਤ ਵੱਡੇ ਸੁਧਾਰ ਹੋਏ ਨੇ। 829 ਮੁਹੱਲਾ ਕਲੀਨਿਕ ਖੁੱਲ੍ਹ ਚੁੱਕੇ ਨੇ, ਜਿਨ੍ਹਾਂ 'ਚ 41 ਟੈਸਟ ਅਤੇ 80 ਦਵਾਈਆਂ ਮੁਫ਼ਤ ਮਿਲਦੀਆਂ ਨੇ। ਜਿਹੜੇ ਡਿਸਟ੍ਰਿਕਟ ਔਰ ਸਟੇਟ ਲੈਵਲ ਦੇ ਹੋਸਪਿਟਲਸ ਨੇ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਹੋਇਆ ਹੈਗਾ। ਰਾਜਿੰਦਰਾ ਹਸਪਤਾਲ ਪਟਿਆਲਾ 'ਚ ਤੁਸੀਂ ਜਾ ਕੇ ਦੇਖੋ, ਉੱਥੇ ਨਿਊਰੋ ਦੇ ਔਰ ਹਾਰਟ ਦੇ ਔਰ ਕਿਡਨੀਆਂ ਦੇ ਓਪਰੇਸ਼ਨਸ ਹੋ ਰਹੇ ਨੇ। ਔਰ ਉਸ 'ਤੇ ਮੋਰ ਤਾਂ ਪਿਛਲੇ ਹਫ਼ਤੇ ਉਸ ਸਮੇਂ ਲੱਗ ਗਈ ਜਦੋਂ ਨਵਜੋਤ ਸਿੱਧੂ ਜੀ ਆਪਣੀ ਮਿਸਿਸ ਨੂੰ ਨਾਲ ਲੈ ਕੇ, ਜਿਨ੍ਹਾਂ ਨੂੰ ਅਨਫੋਰਚੁਨੇਟਲੀ ਕੈਂਸਰ ਦੀ ਪ੍ਰੋਬਲਮ ਹੈ, ਉਹਨਾਂ ਨੂੰ ਨਾਲ ਲੈ ਕੇ ਰਜਿੰਦਰਾ ਹਸਪਤਾਲ ਗਏ ਉੱਥੇ ਦੇ ਡਾਕਟਰਾਂ ਦੇ ਨਾਲ ਪਰਾਮਰਸ਼ ਕਰਨ ਦੇ ਲਈ। ਔਰ ਸਿੱਖਿਆ ਦੇ ਖੇਤਰ ਵਿੱਚ ਤੁਸੀਂ ਦੇਖੋ ਕਿ ਜਿਹੜੇ ਸਕੂਲਸ ਆਫ ਐਮੀਨੈਂਸ ਜਿਹੜੇ ਹੈਗੇ ਹੈ ਉਹ ਖੋਲ੍ਹੇ ਗਏ ਹੈਗੇ ਹੈ, ਔਰ ਸਕੂਲ ਆਫ ਬ੍ਰਿਲੀਅੰਸ, ਹੈਪੀਨੈਸ ਸਕੂਲ ਔਰ ਮਿਸ਼ਨ ਸਮਰੱਥ ਜਿਹੜਾ ਹੈ ਉਹ ਸਕੂਲਾਂ ਦੇ ਵਿੱਚ ਚਲਾਇਆ ਗਿਆ ਹੈਗਾ। ਮਾਫੀਆ 'ਤੇ ਨੱਤ ਪਾਈ ਗਈ ਹੈ, ਭ੍ਰਿਸ਼ਟਾਚਾਰ 'ਤੇ ਨੱਤ ਪਾਈ ਗਈ ਹੈ, ਲਾਅ ਐਂਡ ਆਰਡਰ ਬਹੁਤ ਜ਼ਿਆਦਾ ਸੁਧਰ ਗਿਆ। ਤੁਸੀਂ ਦੇਖੋ ਕਿ ਇੰਡੀਆ ਟੂਡੇ ਦੀ ਰਿਪੋਰਟ ਵਿੱਚ ਦੂਜੇ ਨੰਬਰ 'ਤੇ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਹੈ ਉਹ ਸ਼ੋਅ ਕੀਤਾ ਗਿਆ। ਔਰ ਈਵਨ ਸਾਡੇ ਹਾਲਾਂਕਿ ਕੱਟੜ ਵਿਰੋਧੀ ਨੇ ਭਾਜਪਾ ਵਾਲੇ, ਪਰ ਉਹਨਾਂ ਦੇ ਗ੍ਰਹਿ ਰਾਜ ਮੰਤਰੀ ਨੇ ਵੀ ਲੋਕ ਸਭਾ ਦੇ ਵਿੱਚ ਮੰਨਿਆ ਕਿ ਪੰਜਾਬ ਦਾ ਲਾਅ ਐਂਡ ਆਰਡਰ 16 ਸਟੇਟਸ ਨਾਲੋਂ ਬੈਟਰ ਸੀਗਾ। ਫਿਰ ਸਪੋਰਟਸ ਔਰ ਯੂਥ ਦੇ ਲਈ ਜਿਹੜਾ ਬਹੁਤ ਜ਼ਿਆਦਾ ਖੇਡਾਂ ਵਤਨ ਪੰਜਾਬ ਦੀਆਂ ਜਿਹੜਾ ਔਰ ਖਿਡਾਰੀਆਂ ਨੂੰ ਸਟੇਟ, ਨੈਸ਼ਨਲ ਔਰ ਇੰਟਰਨੈਸ਼ਨਲ ਲੈਵਲ 'ਤੇ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਇਨਾਮ ਦੇਣਾ, ਉਹਨਾਂ ਨੂੰ ਇਨਕਰੇਜ ਕਰਨਾ। ਔਰ ਬਜਟ ਜਿਹੜਾ ਸਾਡਾ ਤੁਸੀਂ ਦੇਖੋ ਕਿ 2 ਸਾਲ ਦੇ ਅੰਦਰ ਅੰਦਰ 2,25,000 ਕਰੋੜ ਤੋਂ 2,04,000 ਕਰੋੜ ਤੱਕ ਪਹੁੰਚ ਗਿਆ ਹੈਗਾ, ਕਿ ਇਹ ਬਹੁਤ ਵੱਡੀ ਇੰਪਰੂਵਮੈਂਟ ਹੈ। ਅਸੀਂ ਜਿਹੜੀ ਲੀਕੇਜ ਆਫ ਰੈਵਨਿਊ ਸੀਗੀ ਉਹ ਪਲੱਗ ਕੀਤੀ ਹੈਗੀ ਆ, ਔਰ ਨਵੇਂ ਰੈਵਨਿਊ ਦੇ ਰਿਸੋਰਸਿਸ ਕ੍ਰੀਏਟ ਕੀਤੇ ਆ। ਸ਼ਹੀਦਾਂ ਦੇ ਲਈ ਜਿਹੜਾ ਫੌਜੀ ਜਵਾਨ ਜਿਹੜੇ ਸਾਡੇ ਸ਼ਹੀਦ ਹੋਣ ਉਹਨਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਇਆ ਅਤੇ 1 ਸਰਕਾਰੀ ਨੌਕਰੀ ਜਿਹੜੀ ਹੈ ਉਹ ਦੇ ਰਹੀ ਹੈ ਸਰਕਾਰ। ਫਿਰ ਘਰ ਘਰ ਰਾਸ਼ਨ ਸਕੀਮ, ਹੋਮ ਡਿਲੀਵਰੀ ਆਫ ਸਰਵਿਸਿਜ਼, ਬਹੁਤ ਸਾਰੇ ਐਸੇ ਕੰਮ ਨੇ ਜਿਹੜੇ ਹੁਣ ਮੈਨੂੰ ਇੱਥੇ ਯਾਦ ਵੀ ਨਹੀਂ ਆਉਣ ਲੱਗੇ। ਲੇਕਿਨ ਇੱਕ ਸੱਚੀ ਸੁੱਚੀ ਇਮਾਨਦਾਰ ਸਰਕਾਰ ਜਿਹੜੀ ਕਿ ਭ੍ਰਿਸ਼ਟਾਚਾਰ 'ਤੇ ਨੱਥ ਪਾ ਕੇ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਹੈ, ਇਹ ਇਸ ਸਰਕਾਰ ਦੇ ਕੰਮ ਪੰਜਾਬੀਆਂ ਤੋਂ ਕਿਧਰੇ ਲੁਕੇ ਨਹੀਂ ਹੋਏ। ਆਉਣ ਵਾਲੇ ਸਮੇਂ, ਅਜੇ ਤਾਂ ਸਿਰਫ 2 ਸਾਲ ਹੋਏ ਹੈ,
ਔਰ ਤੁਸੀਂ ਦੇਖੋ ਕਿ ਪਿਛਲੀਆਂ ਸਰਕਾਰਾਂ ਖਜ਼ਾਨਾ ਖਾਲੀ ਛੱਡ ਗਈਆਂ ਸੀ ਔਰ ਬਹੁਤ ਸਾਰੇ ਕਰਜ਼ੇ ਛੱਡ ਗਈਆਂ ਸੀਗੀਆਂ, ਜਿਸ ਤਰ੍ਹਾਂ ਕਿ ਨਾਬਾਰਡ ਦਾ 885 ਕਰੋੜ ਰੁਪਇਆ ਸੀਗਾ, ਸ਼ੂਗਰ ਫੈਡ ਦਾ 400 ਕਰੋੜ ਰੁਪਇਆ ਸੀਗਾ, ਹੋਰ ਸ਼ੂਗਰ ਮਿੱਲਾਂ ਦਾ ਵੀ ਕਾਫੀ ਪੈਸਾ ਸੀ, ਟੋਟਲ ਮਿਲਾ ਕੇ ਕਰੀਬ 1080 ਕਰੋੜ ਸ਼ੂਗਰ ਮਿੱਲਾਂ ਦੇ ਨਾਲ ਰਿਲੇਟਿਡ ਹੀ ਸੀਗਾ ਇਹ। ਔਰ ਫਿਰ ਤੁਹਾਡਾ ਬਿਜਲੀ ਦਾ ਜਿਹੜਾ ਸਬਸਿਡੀ ਦਾ ਕਰੀਬ 20,000 ਕਰੋੜ ਸੀਗਾ। ਇਹ ਸਾਰੇ ਕਰਜ਼ੇ ਜਿਹੜੇ ਨੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਤਾਰੇ ਨੇ, ਅਤੇ ਅੱਗੇ ਆਉਣ ਵਾਲੇ ਸਮੇਂ ਵਿੱਚ ਹੁਣ ਕਿਉਂਕਿ ਖਜ਼ਾਨੇ ਦੀ ਹਾਲਤ ਹੋਰ ਜ਼ਿਆਦਾ ਬਿਹਤਰ ਹੋਏਗੀ ਤਾਂ ਭੈਣਾਂ ਨੂੰ ਜਿਹੜਾ 1,000-1,000 ਰੁਪਇਆ ਮਹੀਨਾ ਦੇਣਾ ਹੈਗਾ, ਔਰ ਜਿਹੜੇ ਪੈਨਸ਼ਨਾਂ ਨੇ ਉਹਨਾਂ ਨੂੰ ਰਿਵਾਈਜ਼ ਕਰਕੇ 2,500 ਰੁਪਇਆ ਮਹੀਨਾ ਤੱਕ ਪਹੁੰਚਾਉਣਾ ਹੈਗਾ। ਅਤੇ ਇਸ ਤੋਂ ਇਲਾਵਾ ਹੋਰ ਬੜੇ ਅਨਅਨਾਊਂਸਡ ਕੰਮ ਜਿਨ੍ਹਾਂ ਦੀ ਅਸੀਂ ਕਦੀ ਗੱਲ ਵੀ ਨਹੀਂ ਕੀਤੀ, ਉਹ ਵੀ ਜਿਹੜੇ ਅਸੀਂ ਹੁਣ ਵੀ ਕਰ ਰਹੇ ਹਾਂ, ਔਰ ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਬਹੁਤ ਹੀ ਇਹੋ ਜਿਹੇ ਸੋਹਣੇ ਫੁੱਲ ਲੋਕਾਂ ਦੇ ਜੀਵਨ ਵਿੱਚ ਖਿਲਣਗੇ ਔਰ ਉਹਨਾਂ ਨੂੰ ਜਿਹੜਾ ਹੈ ਖੁਸ਼ਹਾਲ ਕਰਨਗੇ। ਮੁਲਤਾ ਸਾਹਿਬ, ਤੁਸੀਂ ਗੱਲ ਕੀਤੀ ਕਰਜ਼ਿਆਂ ਦੀ ਜੀ, ਪੰਜਾਬ ਦੇ ਸਿਰ ਪਹਿਲਾਂ ਹੀ ਬਹੁਤ ਕਰਜ਼ਾ ਸੀ, ਜਦੋਂ ਤੁਹਾਡੀ ਸਰਕਾਰ ਆਈ ਆ ਉਦੋਂ ਹੀ ਜਿਹੜਾ 3.5 ਲੱਖ ਕਰੋੜ ਜਿਹੜਾ ਤਕਰੀਬਨ ਕਰਜ਼ਾ ਸੀਗਾ ਔਰ ਉਹ ਹੌਲੀ ਹੌਲੀ ਵਧਿਆ। ਹੁਣ ਇਸ ਟਾਈਮ ਤੁਹਾਡੀ ਸਰਕਾਰ ਦੇ ਉੱਤੇ ਵੀ ਇਹ ਦੋਸ਼ ਲੱਗਦਾ ਪਿਆ ਹੈ ਕਿ ਤੁਸੀਂ ਇਸ ਸਮੇਂ ਦੇ ਦੌਰਾਨ 1 ਲੱਖ ਕਰੋੜ ਤੋਂ ਵੱਧ ਕਰਜ਼ਾ ਲੈ ਲਿਆ। ਸਵਾਲ ਇੱਥੇ ਇਹ ਉੱਠਦਾ ਹੈ ਕਿ ਲੋਕ ਇਹ ਕਹਿੰਦੇ ਨੇ ਗੱਲ ਕਿ ਜੇਕਰ ਕਰਜ਼ੇ ਲੈ ਕੇ ਹੀ ਆਪਾਂ ਸਰਕਾਰ ਚਲਾਉਣੀ ਹੈ, ਤੁਸੀਂ 300 ਯੂਨਿਟ ਦੇਣਾ ਹੈ ਜਾਂ 1,000 ਰੁਪਇਆ ਮਹੀਨਾ ਵਾਲਾ ਦੇਣ ਵਾਲੀ ਗੱਲ ਕੀਤੀ ਜਾ ਰਹੀ ਹੈ ਜਾਂ ਰਾਸ਼ਨ ਵਾਲੀ ਗੱਲ ਕੀਤੀ ਹੈ, ਤਾਂ ਫਿਰ ਇਹ ਵਿਕਾਸ ਕਿਵੇਂ ਹੋਇਆ? ਔਰ ਲੋਕ ਇਹ ਜਾਣਨਾ ਚਾਹੁੰਦੇ ਕਿ ਕੀ ਆਉਣ ਵਾਲੇ ਸਮੇਂ ਵਿੱਚ ਕਦੇ ਕਰਜ਼ਾ ਲੈਣ ਦੀ ਜਿਹੜੀ ਲਿਮਿਟ ਹੈ ਉਹ ਘਟੇਗੀ ਸਾਡੀ, ਅਸੀਂ ਕਦੇ ਉਸ ਸਥਿਤੀ 'ਚ ਆ ਪਾਵਾਂਗੇ ਕਿ ਬਿਲਕੁਲ ਪੰਜਾਬ ਕਰਜ਼ਾ ਨਹੀਂ ਲਵੇਗਾ ਔਰ ਉਹ ਆਪਣੇ ਰਿਸੋਰਸਿਸ ਦੇ ਨਾਲ ਹੀ ਪੰਜਾਬ ਨੂੰ ਚਲਾਏਗਾ? ਕਿਉਂਕਿ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਮਾਈਨਿੰਗ ਦੇ ਵਿੱਚੋਂ ਵੀ ਜਿਹੜਾ ਉਹ 20,000 ਕਰੋੜ ਰੁਪਈਆ ਲਵਾਂਗੇ। ਤੁਸੀਂ ਗੱਲ ਕਿ ਐਕਸਾਈਜ਼ ਪਾਲਿਸੀ ਨਵੀਂ ਬਣਾ ਕੇ ਅਸੀਂ ਜਿਹੜਾ ਉਹ ਬਹੁਤ ਵੱਡਾ ਆਮਦਨ ਦਾ ਸਾਧਨ ਕ੍ਰੀਏਟ ਕਰਾਂਗੇ, ਔਰ ਲੀਕੇਜ ਦੀ ਗੱਲ ਕੀਤੀ ਸੀ ਕਿ ਬਹੁਤ ਸਾਰੀ ਚੋਰੀ ਹੁੰਦੀ ਹੈ ਟੈਕਸ ਕਲੈਕਸ਼ਨ ਦੇ ਵਿੱਚ, ਉਹ ਕਰਾਂਗੇ। ਵੜੈਚ ਸਾਹਿਬ, ਦੇਖੋ ਜਿੱਥੇ ਤੱਕ ਸਰਕਾਰ ਵੱਲੋਂ ਕਰਜ਼ਾ ਲੈਣ ਦੀ ਗੱਲ ਹੈਗੀ ਹੈ, ਕੋਈ ਬਹੁਤ ਵੱਡਾ ਇਸ਼ੂ ਨਹੀਂ ਹੈਗਾ। ਜਦ ਤੱਕ ਕਿ ਸਰਕਾਰੀ ਖਜ਼ਾਨੇ ਵਿੱਚ ਸੇਂਧ ਨਹੀਂ ਲੱਗਦੀ, ਕੋਈ ਚੋਰੀ ਨਹੀਂ ਕਰਦਾ, ਕੋਈ ਬੇਈਮਾਨੀ ਨਹੀਂ ਕਰਦਾ, ਲੋਕਾਂ ਦਾ ਪੈਸਾ ਲੋਕਾਂ 'ਤੇ ਖਰਚ ਹੋ ਰਿਹਾ। ਜੇ RBI ਦੇ ਵਿੱਚ ਵੀ ਪੈਸਾ ਪਿਆ ਹੈਗਾ, ਉੱਥੋਂ ਵੀ ਲੋਨ ਲਿੱਤਾ ਜਾਂਦਾ, ਉਹ ਵੀ ਲੋਕਾਂ ਦਾ ਹੀ ਪੈਸਾ ਹੈਗਾ। ਔਰ ਪੰਜਾਬ, ਚਲੋ ਮੈਂ ਤੁਹਾਡੀ ਗੱਲ ਸਿਰ ਮੱਥੇ ਮੰਨ ਲੈਂਦਾ ਕਿ ਸਾਡੀ ਸਰਕਾਰ ਨੇ ਤੁਸੀਂ ਕਿਹਾ ਕਿ 1 ਲੱਖ, ਮੈਂ ਨਹੀਂ ਕਹਿ ਰਿਹਾ, ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ, ਨਹੀਂ ਹੈਗਾ ਸਰ, ਇੰਨਾ ਨਹੀਂ ਹੈ, ਐਗਜ਼ੈਕਟਲੀ ਦੱਸ ਦਿਓ। ਬਿਲਕੁਲ ਇਸ ਟਾਈਮ ਐਗਜ਼ੈਕਟ ਫਿਗਰ ਨਹੀਂ ਹੈ, ਪਰ ਇੰਨਾ ਨਹੀਂ ਹੈਗਾ। ਔਰ ਆਲਰੇਡੀ ਪਹਿਲਾਂ ਦੀਆਂ ਸਰਕਾਰਾਂ ਨੇ ਤਾਂ ਕਰੀਬ 3.5 ਲੱਖ ਕਰੋੜ ਤਾਂ ਪਹਿਲਾਂ ਹੀ ਲਿੱਤਾ ਪਿਆ ਸੀਗਾ, ਪਰ ਉਹਨਾਂ ਨੇ ਲੋਕਾਂ ਨੂੰ ਦਿੱਤਾ ਕੀ ਸੀਗਾ? ਮੇਨ ਗੱਲ ਇਹ ਹੈ ਕਿ ਲੋਕਾਂ ਨੂੰ ਦਿੱਤਾ ਕੀ? ਆਪੇ ਹੀ ਖਾ ਗਈਆਂ, ਉਹਨਾਂ ਦੇ ਲੀਡਰ ਖਾ ਗਏ, ਉਹਨਾਂ ਦੇ ਅਫਸਰ ਖਾ ਗਏ, ਠੇਕੇਦਾਰ ਖਾ ਗਏ, ਯਾਨੀ ਕਿ ਮਿਲ ਕੇ ਉਹਨਾਂ ਨੇ ਪੰਜਾਬ ਨੂੰ ਲੁੱਟਿਆ। ਪਰ ਇਸ ਸਰਕਾਰ ਨੇ ਤਾਂ ਲੋਕਾਂ ਨੂੰ ਦਿੱਤਾ ਨਾ, ਲੋਕਾਂ ਦਾ ਪੈਸਾ ਲੋਕਾਂ ਨੂੰ ਦਿੱਤਾ, ਲੋਕਾਂ 'ਤੇ ਖਰਚ ਕੀਤਾ, ਸੋ ਇਹ ਕੋਈ ਗੰਭੀਰ ਗੱਲ ਨਹੀਂ ਹੈ। ਔਰ ਜੇ ਤੁਸੀਂ ਇਹਨੂੰ ਦੇਸ਼ ਦੇ ਕਰਜ਼ੇ ਨਾਲ ਕੰਪੇਅਰ ਕਰੋ ਤਾਂ ਅੱਜ ਦੀ ਡੇਟ ਵਿੱਚ ਦੇਸ਼ ਦੇ ਉੱਤੇ 255 ਲੱਖ ਕਰੋੜ ਦਾ ਕਰਜ਼ਾ ਹੈ ਜੀ, ਔਰ ਦੇਸ਼ ਦੇ ਲੋਕਾਂ ਨੂੰ ਕੀ ਮਿਲ ਰਿਹਾ? ਉਹ ਸਾਰਾ ਕਰਜ਼ਾ ਜਿਹੜਾ ਹੈ ਇਸ ਲਈ ਦੇਸ਼ 'ਤੇ ਚੜ੍ਹ ਰਿਹਾ ਕਿ ਉਹ, ਤੁਸੀਂ ਦੇਖੋ ਕਿ 1 ਲੱਖ ਕਰੋੜ ਰੁਪਏ ਤਾਂ ਮੋਦੀ ਸਾਹਿਬ ਨੇ ਆਪਣੇ ਦੋਸਤਾਂ ਦੇ ਮਾਫ਼ ਕਰਤੇ। ਜੇ ਗਰੀਬ ਆਦਮੀ ਆਪਣੇ ਘਰ ਦੀਆਂ 3 ਕਿਸ਼ਤਾਂ ਨਹੀਂ ਦਿੰਦਾ ਤਾਂ ਉਹਦਾ ਘਰ ਵਿਕ ਜਾਂਦਾ, ਅਤੇ ਇੱਥੇ ਜਿਹੜਾ ਲੋਕ 1 ਘੰਟੇ ਲਈ 74 ਕਰੋੜ ਰੁਪਇਆ ਇੱਕ ਨੱਚਣ ਵਾਲੀ 'ਤੇ ਖਰਚ ਕਰ ਦਿੰਦੇ ਆ, ਉਹਨਾਂ ਦਾ 1 ਲੱਖ ਕਰੋੜ ਰੁਪਇਆ ਮੋਦੀ ਜੀ ਨੇ ਮਾਫ਼ ਕਰਤਾ। ਸੋ ਇਹ ਤਾਂ ਸੋਚਣ ਵਾਲੀ ਗੱਲ ਹੈ ਕਿ ਜੇ ਪੈਸਾ ਖਰਚ ਹੋਣਾ ਹੈ, ਜੇ ਕਰਜ਼ਾ ਲੈਣਾ ਤਾਂ
ਉਹ ਕਿਤੇ ਤੇ ਖਰਚ ਹੋਣਾ ਚਾਹੀਦਾ। ਲਤਾ ਸਾਹਿਬ, ਆਪਾਂ ਕੇਂਦਰ ਸਰਕਾਰ ਨਾਲ ਤੇ ਕੰਪੈਰੀਜ਼ਨ ਕਰ ਨਹੀਂ ਸਕਦੇ, ਉੱਥੇ 1 ਅਰਬ 40 ਕਰੋੜ ਦੀ ਆਬਾਦੀ ਹੈ ਔਰ ਉਹਦੇ ਉੱਤੇ ਵੀ ਸਵਾਲ ਉੱਠਦਾ ਕਿ ਕੇਂਦਰ ਨੇ ਇੰਨਾ ਕਰਜ਼ਾ ਕਿਉਂ ਚੜ੍ਹਾ ਦਿੱਤਾ ਲੋਕਾਂ ਦੇ ਉੱਤੇ, ਜਿਹੜਾ ਕਿ ਪਹਿਲਾਂ ਨਹੀਂ ਸੀ ਪਤਾ ਲੱਗਿਆ, ਹੁਣ ਨਿਕਲ ਕੇ ਸਾਹਮਣੇ ਆ ਰਿਹਾ। ਜਿਵੇਂ ਤੁਸੀਂ ਵੀ ਗੱਲ ਕੀਤੀ ਆ, ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀ ਗੱਲ ਨਿਕਲ ਕੇ ਆਈ ਆ ਕਿ ਨਾਲੇ GST ਸਾਡੇ ਕੋਲ ਬੜਾ ਇਕੱਠਾ ਹੋ ਰਿਹਾ। ਖੈਰ ਆਪਾਂ ਉਸ ਵਿਸ਼ੇ 'ਤੇ ਨਹੀਂ ਜਾਂਦੇ, ਤੁਹਾਡੇ ਕੋਲ ਕੋਈ ਸਵਾਲ ਹੈ ਸਾਡੇ? ਪਹਿਲਾਂ ਇਹ ਕਿ ਦੋ ਬੜੇ ਵੱਡੇ ਮੁੱਦੇ ਜਿਹੜੇ ਆ, ਇੱਕ ਤਾਂ ਹੈਗਾ ਕਿ ਖੇਤੀ, ਕਿਉਂਕਿ ਕਿਸਾਨ ਸਾਡਾ ਜਿਹੜਾ ਉਹ ਬੜੇ ਵੱਡੇ ਸੰਕਟ 'ਚ ਹੈ ਔਰ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਤੁਹਾਡੀ ਪਾਰਟੀ ਦਾ ਐਲਾਨ ਸੀ ਕਿ ਅਸੀਂ 2023 ਤੱਕ, ਮਾਰਚ ਤੱਕ ਖੇਤੀ ਨੀਤੀ ਲਿਆਵਾਂਗੇ, ਉਹਦੇ ਬਾਰੇ ਕੀ ਕਹੋਗੇ? ਕਿਉਂਕਿ ਤੁਹਾਡਾ 2 ਸਾਲ ਤੋਂ ਉੱਪਰ ਸਮਾਂ ਜਿਹੜਾ ਲੰਘ ਚੁੱਕਿਆ ਹੋਇਆ ਅਤੇ ਖੇਤੀ ਨੀਤੀ ਦਾ ਕਿਸੇ ਪਾਸੇ ਹਾਲੇ ਪਤਾ ਨਹੀਂ ਲੱਗ ਰਿਹਾ, ਜਿਹਦੀ ਕਿ ਬਹੁਤ ਵੱਡੀ ਲੋੜ ਹੈ। ਪੰਜਾਬ ਦਾ ਕਿਸਾਨ ਡਿਸਟ੍ਰੈਸ ਵਿੱਚ ਹੈ, ਸਾਡਾ ਪਾਣੀ ਥੱਲੇ ਚਲਿਆ ਗਿਆ, ਸਾਡਾ ਵਾਤਾਵਰਣ ਹੈ ਔਰ ਸਭ ਤੋਂ ਵੱਡੀ ਸਮੱਸਿਆ ਇਸ ਵਾਰ ਲੋਕਾਂ ਨੇ ਜਿਹੜੀ ਤੁਹਾਡੇ ਸਾਹਮਣੇ ਲਿਆਂਦੀ ਹੈ, ਤੁਹਾਨੂੰ ਵੀ ਪਤਾ ਕਿ ਆਪਣੇ 'ਤੇ ਦੋਸ਼ ਲੱਗਦਾ ਕਿ ਪੰਜਾਬ ਅੱਗ ਲਾਉਂਦਾ ਹੈ ਪਰਾਲੀ ਨੂੰ, ਅੱਗ ਲਾਉਂਦਾ ਹੈ ਨਾੜ ਨੂੰ ਔਰ ਦਿੱਲੀ ਨੂੰ ਜਿਹੜਾ ਅਸੀਂ ਪ੍ਰਦੂਸ਼ਿਤ ਕਰਦੇ ਹਾਂ। ਐਤਕਵਾਰ ਤਾਂ ਅਸੀਂ ਖੇਤਾਂ 'ਚ ਕਿਸਾਨਾਂ ਦੇ ਵੇਖਿਆ, ਦਰਖਤ ਸੜਦੇ ਵੇਖੇ ਗਏ ਆ। ਉਹ ਜਿਵੇਂ ਸੁਰਜੀਤ ਪਾਤਰ ਦੀ ਇੱਕ ਨਜ਼ਮ ਦਾ ਕਿ ਬਲਦਾ ਬਿਰਖ ਹਾਂ ਸ਼ਾਮ ਤੀਕ ਹਾਂ ਫਿਰ ਵੀ ਕਰਦਾ ਕਿਸੇ ਦੀ ਉਡੀਕ ਹਾਂ, ਇਹ ਵਾਤਾਵਰਣ ਵਾਲੀ ਗੱਲ ਸੋ ਚੰਗ ਖੇਤੀ ਨਾਲ ਸੰਬੰਧਿਤ ਹੈ। ਇਹ ਖੇਤੀ ਨੀਤੀ ਬਾਰੇ ਅਸੀਂ ਜਾਣਨਾ ਚਾਹਾਂਗੇ ਕੀ ਸਥਿਤੀ ਹੈ, ਕਿ ਹਾਲੇ ਵੀ ਸਮਾਂ ਲੱਗੂਗਾ? ਆਪ ਜੀ ਦੇ ਇਸ ਸਵਾਲ ਤੇ ਆਉਣ ਤੋਂ ਪਹਿਲਾਂ ਮੈਂ ਪਿਛਲੇ ਸਵਾਲ ਦਾ ਕੁਝ ਹਿੱਸਾ ਰਹਿ ਗਿਆ ਸੀ ਉਹਦਾ ਜਵਾਬ ਦੇਣਾ ਚਾਹੁੰਦਾ। ਤੁਸੀਂ ਐਕਸਾਈਜ਼ ਦੀ ਗੱਲ ਕੀਤੀ ਸੀ, ਐਕਸਾਈਜ਼ ਦੀ ਕਲੈਕਸ਼ਨ ਬਹੁਤ ਜ਼ਿਆਦਾ ਵਧੀ ਹੈਗੀ ਹੈ। ਫਿਰ ਤੁਸੀਂ ਲੀਕੇਜ ਦੀ ਗੱਲ ਕੀਤੀ ਸੀਗੀ, ਉਹ ਟੈਕਸ ਦੀ ਲੀਕੇਜ ਦੀ, ਉਹ ਲੀਕੇਜ ਬੰਦ ਹੋਈ ਹੈ ਸਰ, ਤਾਂ ਹੀ ਤਾਂ ਟੈਕਸ ਦੀ ਕਲੈਕਸ਼ਨ ਵਧੀ ਹੈ ਔਰ ਬਜਟ ਤੁਹਾਡਾ 2,04,000 ਕਰੋੜ ਤੇ ਪਹੁੰਚ ਗਿਆ ਹੈਗਾ। ਮਾਈਨਿੰਗ ਤੇ ਵੀ ਜਿਹੜੀ ਆ ਉਹ ਨਕੇਲ ਪਾਈ ਗਈ ਹੈ, ਬਹੁਤ ਸਾਰੇ ਪਾਸਿਓਂ ਜਿਹੜਾ ਹੈ ਜਿਹੜੀ ਟੈਕਸ ਦੀ ਚੋਰੀ ਸੀਗੀ ਉਹ ਬੰਦ ਹੋਈ ਹੈ ਔਰ ਉਹਦੇ ਨਾਲ ਹੀ ਜਿਹੜਾ ਹੈ ਇਹ ਤੁਹਾਡਾ ਬਜਟ ਵਧਿਆ ਔਰ ਲੋਕਾਂ ਤੇ ਖਰਚ ਹੋ ਰਿਹਾ ਔਰ ਲੋਕਾਂ ਨੂੰ ਸੁੱਖ ਸੁਵਿਧਾਵਾਂ ਮਿਲ ਰਹੀਆਂ ਨੇ। ਔਰ ਜਿਹੜੀ ਜਿਹੜਾ ਖੇਤੀ ਨੀਤੀ ਦਾ ਸਵਾਲ ਹੈ ਸਰ, ਖੇਤੀ ਨੀਤੀ ਦੇ ਲਈ ਸਰਕਾਰ ਸਾਡੀ ਬਹੁਤ ਗੰਭੀਰ ਹੈ, ਇਹ ਇੱਕ ਬੜਾ ਵੱਡਾ ਪ੍ਰੋਜੈਕਟ ਹੈ। ਤੁਸੀਂ ਦੇਖੋ ਕਿ ਪਿਛਲੇ 75 ਸਾਲਾਂ ਵਿੱਚ ਸਰਕਾਰਾਂ ਨੇ ਕੁਛ ਨਹੀਂ ਸੀ ਕੀਤਾ ਇਸ 'ਤੇ, ਪਰ ਸਾਡੀ ਸਰਕਾਰ ਨੇ ਆਉਂਦਿਆਂ ਹੀ ਇਸ 'ਤੇ ਕਮੇਟੀ ਦਾ ਗਠਨ ਕੀਤਾ ਹੋਇਆ ਔਰ ਬੜੀ ਐਡਵਾਂਸ ਸਟੇਜ 'ਤੇ ਹੈ, ਐਡਵਾਂਸ ਸਟੇਜ 'ਤੇ ਹੈਗਾ ਔਰ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮਾਹਰ ਨੇ ਆਪਣੇ ਖੇਤੀ ਦੇ ਮਾਹਰ PAU ਵਗੈਰਾ ਦੇ ਤਾਂ ਅਸੀਂ ਇੰਕਲੂਡ ਕੀਤੇ ਹੀ ਨੇ, ਪਰ ਇੰਟਰਨੈਸ਼ਨਲ ਲੈਵਲ 'ਤੇ ਜਿਹੜੇ ਕੰਸਲਟੈਂਸੀ ਫਰਮਸ ਹੈਗੀਆਂ ਨੇ ਉਹਨਾਂ ਨੂੰ ਅਸੀਂ ਇੰਕਲੂਡ ਕੀਤਾ ਹੈਗਾ, ਤਾਂ ਕਿ ਹਰ ਪੱਖ ਤੋਂ ਜਿਹੜਾ ਖੇਤੀ ਨੀਤੀ ਨੂੰ ਪੜਚੋਲ ਕੇ ਉਹ ਬਣਾਇਆ ਜਾਏ, ਤਾਂ ਕਿ ਅੱਗੇ ਆਉਣ ਵਾਲੇ ਸਮੇਂ 'ਚ ਕਿਸੇ ਵੀ ਪੱਖ ਤੋਂ ਸਾਡੀ ਖੇਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਏ। ਬੜੀ ਛੇਤੀ ਇਹ ਪੰਜਾਬ ਦੀ ਖੇਤੀ ਨੀਤੀ ਤੁਹਾਡੇ ਸਾਹਮਣੇ ਆਏਗੀ। ਔਰ ਜਿੱਥੇ ਤੱਕ ਪਰਾਲੀ ਵਗੈਰਾ ਦਾ ਸਵਾਲ ਹੈਗਾ ਸਰ, 1,25,000 ਮਸ਼ੀਨਾਂ ਜਿਹੜੀਆਂ ਉਹ ਸਰਕਾਰ ਨੇ ਵੰਡੀਆਂ ਔਰ ਤੁਸੀਂ ਮੇਰੇ ਖਿਆਲ ਨਾਲ ਸਹਿਮਤ ਹੋਵੋਗੇ ਕਿ ਇਸ ਵਾਰੀ ਜਿਹੜੀ ਹੈ ਪਰਾਲੀ ਦੀ ਸਮੱਸਿਆ ਬਹੁਤ ਘੱਟ ਆਈ ਹੈ ਔਰ ਆਉਣ ਵਾਲੇ ਸਮੇਂ ਵਿੱਚ ਇਹ ਹੋਰ ਜ਼ਿਆਦਾ ਘੱਟਦੀ ਜਾਏਗੀ। ਅਸੀਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇ ਵੱਲ ਉਤਸ਼ਾਹਿਤ ਕਰ ਰਹੇ ਹਾਂ, ਉਹ ਪਰਾਲੀ ਤੋਂ ਕਿਵੇਂ ਇਨਕਮ ਜਨਰੇਟ ਕਰ ਸਕਦੇ ਨੇ ਉਹਦੇ ਵਸੀਲੇ ਉਹਨਾਂ ਨੂੰ ਦਿੱਤੇ ਜਾ ਰਹੇ ਹੈ, ਪਰਾਲੀ ਨੂੰ ਕਿਵੇਂ ਮੈਨੇਜ ਕਰ ਸਕਦੇ ਹਾਂ ਉਹਦੇ ਬਾਰੇ ਗਾਈਡ ਕੀਤਾ ਜਾ ਰਿਹਾ ਹੈਗਾ। ਸੋ ਇਹ ਔਰ ਖਾਸ ਕਰ 2 ਫਸਲਾਂ ਤੋਂ 3 ਜਾਂ ਵੱਧ ਫਸਲਾਂ ਵੱਲ ਕਿਵੇਂ ਜਾਣਾ ਹੈਗਾ ਉਸ ਵੱਲ ਉਹਨਾਂ ਨੂੰ ਗਾਈਡ ਕੀਤਾ ਜਾ ਰਿਹਾ, ਚਾਹੇ ਉਹ ਜਿਹਨੂੰ ਆਪਾਂ ਕਹਿੰਦੇ ਹਾਂ ਰਾਈਸ ਦੀ ਜਿਹੜੀ ਹੈ ਉਹ ਅਰਲੀ
ਵੈਰਾਈਟੀਆਂ ਜਿਹੜੀਆਂ ਨੇ ਸ਼ਾਰਟ ਵੈਰਾਈਟੀਆਂ ਨੇ ਸ਼ਾਰਟ ਵੈਰਾਈਟੀਆਂ ਜਿਹੜੀਆਂ ਆ ਜਲਦੀ ਉਹਨਾਂ ਨੂੰ ਪਹਿਲਾਂ ਉਹਨਾਂ ਨੂੰ ਫੋਰਟੀ ਕਰਨਾ ਹੈਗਾ ਤੇ ਡੀਐਸਆਰ ਜਿਹਨੂੰ ਡਾਇਰੈਕਟ ਸੀਡਿੰਗ ਆਫ ਰਾਈਸ ਕਹਿੰਦੇ ਹੈਗੇ ਆ ਜਾਂ ਫਿਰ ਨਹਿਰੀ ਪਾਣੀ ਨੂੰ ਜਿਹੜਾ ਹਰ ਖੇਤ ਤੱਕ ਪਹੁੰਚਾਉਣਾ 70% ਕਿਸ਼ਤਾਂ ਤੱਕ ਨਹਿਰੀ ਪਾਣੀ ਪਹੁੰਚ ਚੁੱਕਾ ਔਰ ਆਉਣ ਵਾਲੇ ਸਮੇਂ 'ਚ ਪੂਰੇ ਪੰਜਾਬ ਵਿੱਚ ਨਹਿਰੀ ਪਾਣੀ ਮਿਲੇਗਾ 12 ਤੋਂ 14 ਘੰਟੇ ਬਿਜਲੀ ਜਿਹੜੀ ਆ ਹੁਣ ਮਿਲਦੀ ਰਹੀ ਆ ਉਹ ਵੀ ਦਿਨ ਦੇ ਸਮੇਂ ਮਿਲਦੀ ਰਹੀ ਹੈ ਕਿਸਾਨਾਂ ਨੂੰ ਬੜੀ ਵੱਡੀ ਰਾਹਤ ਹੁੰਦੀ ਰਹੀ ਹੈਗੀ ਹੈ ਫਸਲਾਂ ਦੇ ਮੁਆਵਜ਼ੇ ਅਸੀਂ ਦਿੱਤੇ ਹੈਗੇ ਹੈ ਔਰ ਹੋਰ ਵੀ ਜਿਹੜੇ ਜਿਹੜੇ ਕਦਮ ਕਿਸਾਨਾਂ ਨੂੰ ਸੰਪੰਨ ਕਰਨ ਲਈ ਕਿਸਾਨਾਂ ਨੂੰ ਹੋਰ ਜ਼ਿਆਦਾ ਕੰਫਰਟੇਬਲ ਕਰਨ ਦੇ ਲਈ ਚੁੱਕੇ ਜਾਣ ਦੀ ਲੋੜ ਹੈ ਉਹ ਅਸੀਂ ਚੁੱਕਾਂਗੇ ਔਰ ਖਾਸ ਖੇਤੀ ਨੀਤੀ ਦੀ ਡੇਟ ਆਪਾਂ ਕੋਈ ਸਰ ਇੱਥੇ ਇੱਕ ਪੁਆਇੰਟ ਮੈਂ ਖਾਸ ਤੌਰ ਤੇ ਚੁੱਕਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਪੂਰੀ ਤਰੀਕੇ ਨਾਲ ਸਵਾਮੀਨਾਥਨ ਰਿਪੋਰਟ ਦੇ ਨਾਲ ਸਹਿਮਤ ਹੈਗੀ ਹੈ ਔਰ C2+50% ਦੇ ਹਿਸਾਬ ਦੇ ਨਾਲ ਜੋ MSP ਬਣਦਾ ਹੈ ਉਹ ਅਸੀਂ 23 ਦੀਆਂ 23 ਫਸਲਾਂ ਦੇ ਉੱਤੇ ਦੇਣ ਦੇ ਪੱਖਪਾਤ ਯਾਨੀ ਕਿ ਅਸੀਂ ਉਹਨੂੰ ਸਪੋਰਟ ਕਰਦੇ ਹਾਂ ਔਰ ਸਾਡੀ ਸਰਕਾਰ ਜੇ ਹੁਣ ਕੇਂਦਰ ਵਿੱਚ ਬਣਦੀ ਹੈ ਇੰਡੀਆ ਗਠਬੰਧਨ ਦੀ ਤੁਸੀਂ ਦੇਖੋ ਕਿ ਬੜੀ ਛੇਤੀ ਇਸ ਸੰਬੰਧੀ ਕਾਨੂੰਨ ਬਣੇਗਾ ਨੀਤੀ ਬਣੇਗੀ ਔਰ ਸਾਡੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਇਸ ਮਸਲੇ ਵਿੱਚ ਮਿਲੇਗੀ ਜੀ ਜੀ ਇਸ ਤੋਂ ਅੱਗੇ ਦੋ ਮਸਲੇ ਆ ਆਪਾਂ ਦੋ ਕਰਕੇ ਲੈ ਲੈਂਦੇ ਹਾਂ ਤਾਂ ਕਿ ਟਾਈਮ ਸਾਡਾ ਜਿਹੜਾ ਉਹ ਪੂਰੀ ਤਰ੍ਹਾਂ ਤੁਸੀਂ ਜ਼ਿਆਦਾ ਸਵਾਲ ਮੈਂ ਨਾ ਕਰਾਂ ਇੱਕ ਮਸਲਾ ਸੀ ਜਿਹੜਾ ਬੇਅਦਬੀਆਂ ਵਾਲਾ ਬਹੁਤ ਸੈਂਸਿਟਿਵ ਮੁੱਦਾ ਹੈ ਹਰ ਇੱਕ ਪਾਰਟੀ ਦੇ ਲਈ ਹਰ ਇੱਕ ਪੰਜਾਬੀ ਦੇ ਲਈ ਇਹਦੇ ਉੱਤੇ ਭਾਵੇਂ ਪਾਰਟੀ ਨੇ ਕੁਝ ਨਾ ਕੁਝ ਕੀਤਾ ਪਰ ਦੋਸ਼ ਇਹ ਲੱਗਦਾ ਉਂਗਲੀ ਉੱਠਦੀ ਹੈ ਕਿ ਇਹਨਾਂ ਦੇ ਉੱਤੇ ਕੋਈ ਤੇਜ਼ੀ ਦੇ ਨਾਲ ਕੰਮ ਜਿਹੜਾ ਉਹ ਨਹੀਂ ਹੋਇਆ ਜਦੋਂ ਕਿ ਵਾਅਦਾ ਕੀਤਾ ਗਿਆ ਸੀ ਕਿ ਬਹੁਤ ਜਲਦੀ ਇਨਸਾਫ ਮਿਲੇਗਾ ਔਰ ਲੋਕ ਕਹਿੰਦੇ ਕਿ ਹਾਲੇ ਵੀ ਕੋਈ ਚਾਂਸ ਨਹੀਂ ਲੱਗਦੇ ਕਿ ਅਗਲੇ ਤੁਹਾਡੀ ਰਹਿੰਦੀ ਟਰਮ ਦੇ ਦੌਰਾਨ ਜਿਹੜੇ ਲੋਕ ਦੋਸ਼ੀ ਹੈ ਉਹਨਾਂ ਨੂੰ ਤੁਸੀਂ ਜੇਲ੍ਹਾਂ ਦੇ ਵਿੱਚ ਬਿਠਾ ਸਕੋ ਵੜਾਇਤ ਸਾਹਿਬ ਦੇਖੋ ਤੁਸੀਂ ਸਹਿਮਤ ਹੋਗੇ ਕਿ ਇਸ ਦੇ ਉੱਤੇ 2-3 ਕੇਸਿਸ ਨੇ ਜਿਨ੍ਹਾਂ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈਗਾ ਔਰ ਉਹ ਮਾਮਲੇ ਕਿਉਂਕਿ ਹੁਣ ਕੋਰਟ ਵਿੱਚ ਨੇ ਤਾਂ ਉਹ ਕੋਰਟ ਆਪਣੇ ਹਿਸਾਬ ਦੇ ਨਾਲ ਫੈਸਲੇ ਲਏਗੀ ਔਰ ਉਸ ਮੁਤਾਬਕ ਚੱਲੇਗਾ ਉਸ ਵਿੱਚ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਹਾਂ ਇੱਕ ਕੇਸ ਦੇ ਵਿੱਚ ਅਜੇ ਚਲਾਨ ਪੇਸ਼ ਕਰਨਾ ਮੇਰੇ ਖਿਆਲ ਨਾਲ ਬਾਕੀ ਹੈਗਾ ਉਸ ਵਿੱਚ ਵੀ ਕਾਫੀ ਜ਼ਿਆਦਾ ਪ੍ਰੋਗਰੈਸ ਹੋ ਚੁੱਕੀ ਹੈ ਲੇਕਿਨ ਇਸ 'ਚ ਸਮੱਸਿਆ ਇਹ ਹੈ ਕਿ ਪਿਛਲੀਆਂ 2 ਸਰਕਾਰਾਂ ਨੇ ਪਿਛਲੇ 7 ਸਾਲ ਦੇ ਦੌਰਾਨ ਜਦੋਂ ਅਕਾਲੀ ਭਾਜਪਾ ਸਰਕਾਰ ਦਾ ਵੀ ਸਮਾਂ ਰਿਹਾ ਤੇ ਫਿਰ 5 ਸਾਲ ਕਾਂਗਰਸ ਸਰਕਾਰ ਦਾ ਵੀ ਸਮਾਂ ਰਿਹਾ ਉਹਨਾਂ ਨੇ ਇਹਨਾਂ ਕੇਸਾਂ ਦੇ ਵਿੱਚ ਸਬੂਤਾਂ ਨੂੰ ਖਰਾਬ ਕਰਨ ਦੀ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਜਿਸ ਕਰਕੇ ਇਹ ਸਾਰੀ ਜਿਹੜੀ ਇਨਕੁਆਇਰੀ ਆ ਉਹਦੇ ਵਿੱਚ ਅੜਚਨ ਆ ਰਹੀ ਹੈਗੀ ਹੈ ਪਰ ਸਾਡੀ ਸਰਕਾਰ ਪੂਰੀ ਤਨਦੇਹੀ ਦੇ ਨਾਲ ਲੱਗੀ ਹੈ ਔਰ ਅਸੀਂ ਇਸ ਤੇ ਪੂਰਾ ਇਨਸਾਫ ਦਵਾ ਕੇ ਰਵਾਂਗੇ ਮੈਂ ਤੁਹਾਨੂੰ ਪਹਿਲਾਂ ਖੇਤੀ ਬਾਰੇ ਇੱਕ ਸਵਾਲ ਪੁੱਛਿਆ ਸੀ ਵਿੱਚ ਹੀ ਰਹਿ ਗਿਆ ਕਿ ਖੇਤੀ ਨੀਤੀ ਦੀ ਕੋਈ ਤਾਰੀਖ ਨਿਸ਼ਚਿਤ ਕੀਤੀ ਜਾ ਸਕਦੀ ਹੈ ਕੋਈ ਸਮਾਂ ਵੀ 2 ਮਹੀਨੇ 4 ਮਹੀਨੇ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਵਿੱਚ ਦੇਖੋ ਮੈਂ ਨਹੀਂ ਸਮਝਦਾ ਕਿ ਇਹੋ ਜਿਹੀ ਜਿਹੜੀ ਦੂਰਗਾਮੀ ਨੀਤੀ ਹੁੰਦੀ ਹੈ ਜਾਂ ਇਹਨਾਂ ਕਿਉਂਕਿ ਸਾਡਾ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਹੈਗਾ ਕਰੋੜਾਂ ਲੋਕਾਂ ਦੀ ਜ਼ਿੰਦਗੀ ਇਹਦੇ ਨਾਲ ਜੁੜੀ ਹੋਈ ਹੈ ਔਰ ਸਾਡੇ ਪੰਜਾਬ ਦੇ ਲੋਕਾਂ ਦੀ ਨਹੀਂ ਬਲਕਿ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਜੁੜੀ ਹੈ ਕਿਉਂਕਿ ਇੱਥੋਂ ਹੀ ਕਣਕ ਜਾਂਦੀ ਹੈ ਅਤੇ ਝੋਨਾ ਜਾਂਦਾ ਪੂਰੇ ਦੇਸ਼ ਵਿੱਚ ਸੋ ਇਹੋ ਜਿਹੀ ਨੀਤੀ 'ਤੇ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਕੋਈ ਡੈਡਲਾਈਨ ਫਿਕਸ ਕਰਕੇ ਚੱਲਣਾ ਚਾਹੀਦਾ ਤੁਹਾਡੀ ਸਰਕਾਰ ਨੇ ਤੇ ਮਾਰਚ ਫਿਕਸ ਕੀਤੀ ਸੀ ਤੇ ਇਹ ਗੱਲ ਮੈਂ ਮੰਨਦਾ ਕਿ ਜਿੰਨੀ ਜਲਦੀ ਹੋ ਸਕੇ ਇਸ ਤੇ ਪੂਰੀ
ਤੇਜ਼ੀ ਦੇ ਨਾਲ ਡੈਡੀਕੇਸ਼ਨ ਦੇ ਨਾਲ ਕੰਮ ਕਰਕੇ ਜਿੰਨੀ ਜਲਦੀ ਹੋ ਸਕੇ ਇਹਨੂੰ ਸੰਪੂਰਨ ਕਰਕੇ ਜਿਹੜਾ ਇਹਨੂੰ ਲਾਗੂ ਕੀਤਾ ਜਾਣਾ ਚਾਹੀਦਾ। ਪਰ ਜਿੱਥੇ ਤੱਕ ਡੇਟ ਫਿਕਸ ਕਰਨ ਦੀ ਗੱਲ ਹੈ, ਮੈਂ ਸਮਝਦਾ ਕਿ ਇਹ ਇੰਪ੍ਰੈਕਟੀਕਲ ਹੋਏਗਾ। ਇਹ ਜਿਹੜਾ ਔਰ ਇਸ ਤੋਂ ਵੱਡਾ ਮੁੱਦਾ ਦੇ ਨਾਲ ਜੁੜਿਆ ਹੋਇਆ, ਇਹ ਵੀ ਬਹੁਤ ਵੱਡਾ ਮੁੱਦਾ, ਉਹ ਹੈ ਨਸ਼ਿਆਂ ਵਾਲਾ। ਨਸ਼ੇ ਭਾਵੇਂ ਸਰਕਾਰ ਕਲੇਮ ਕਰਦੀ ਹੈ ਕਿ ਅਸੀਂ ਠੱਲ ਪਾ ਦਿੱਤੀ ਹੈ, ਬਹੁਤ ਸਾਰੇ ਸਮਗਲਰ ਫੜੇ ਗਏ ਆ, ਕਈਆਂ ਦੀ ਜਾਇਦਾਦਾਂ ਵੱਲ ਵੀ ਗੱਲ ਹੋਈ ਹੈ, ਪਰ ਇਹ ਗੱਲ ਜਿਹੜੀ ਆ ਉਹ ਸਾਨੂੰ ਮੰਨਣ ਦੇ ਵਿੱਚ ਜਿਹੜਾ ਉਹ ਕੋਈ ਹਿਚਕਚਾਟ ਨਹੀਂ ਕਰਨੀ ਚਾਹੀਦੀ ਕਿ ਹਾਲੇ ਵੀ ਨਸ਼ਿਆਂ ਦਾ ਵਪਾਰ ਹੋ ਰਿਹਾ, ਨਸ਼ਿਆਂ ਨਾਲ ਹਾਲੇ ਵੀ ਮੌਤਾਂ ਹੋ ਰਹੀਆਂ ਨੇ। ਇੱਥੋਂ ਤੱਕ ਕਿ ਤੁਹਾਡੀ ਪਾਰਟੀ ਦੇ ਆਪਣੇ MLA ਅੰਮ੍ਰਿਤਸਰ ਵਾਲੇ ਨੇ ਵੀ ਪਾਰਟੀ ਦੇ ਉੱਤੇ ਉਂਗਲ ਖੜੀ ਕਰਤੀ ਕਿ ਉਹਨੇ ਵੱਡੇ ਲੀਡਰਾਂ ਦੇ ਕਰਤੀ ਉਂਗਲ ਖੜੀ, ਰਾਘਵ ਚੱਡਾ ਜੀ 'ਤੇ ਵੀ, ਕਿ ਉਹਨਾਂ ਦੀ ਮਰਜ਼ੀ ਨਾਲ ਜਿਹੜੇ ਆ ਉਹਨਾਂ ਦੇ ਅਫਸਰ ਇੱਥੇ ਲੱਗਦੇ ਪਏ ਆ ਔਰ ਉਸੇ ਤਰ੍ਹਾਂ ਹੀ ਵਪਾਰ ਹੋ ਰਿਹਾ। ਸੋ ਸਾਰਾ ਪੰਜਾਬ ਜਾਣਨਾ ਚਾਹੂਗਾ, ਕਿਉਂਕਿ ਇੱਕ ਅੱਜ ਅਖਬਾਰ ਦੇ ਵਿੱਚ ਕਿਸੇ 'ਚ ਖਬਰ ਹੈ ਕਿ ਅੰਮ੍ਰਿਤਸਰ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਕਿਹਾ ਹੈ ਕਿ ਅਸੀਂ 1,000 ਰੁਪਈਆ ਪਰ ਮੰਥ ਸਰਕਾਰ ਨੂੰ ਦੇਣ ਨੂੰ ਤਿਆਰ ਹਾਂ, ਸਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਜਿਹੜਾ ਹਟਾ ਦਿਓ। ਬਹੁਤ ਸੈਂਸਿਟਿਵ ਮੁੱਦਾ, ਆਪਾਂ ਸਾਰੇ ਜਾਣਦੇ ਹਾਂ ਕਿ ਕਿਸੇ ਦਾ ਬੱਚਾ ਅਗਰ ਚਲਿਆ ਜਾਂਦਾ ਨਸ਼ਿਆਂ ਕਰਕੇ ਤਾਂ ਪਰਿਵਾਰ ਨੂੰ ਕਿੰਨਾ ਵੱਡਾ ਲੌਸ ਹੁੰਦਾ ਜੀ। ਬੜਾ ਅੱਛਾ ਵੇ ਤਾਂ, ਯਾਨੀ ਕਿ ਕੋਈ ਕਹਿਣ ਵਾਲੀ ਗੱਲ ਨਹੀਂ ਹੈ ਕਿ ਨਸ਼ਿਆਂ ਦਾ ਮੁੱਦਾ ਵਾਕਈ ਹੀ ਬਹੁਤ ਜ਼ਿਆਦਾ ਗੰਭੀਰ ਮੁੱਦਾ ਹੈਗਾ। ਔਰ ਜਿੱਥੇ ਤੱਕ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਦੀ ਗੱਲ ਹੈਗੀ ਹੈ, ਦੇਖੋ ਉਹ ਸਾਨੂੰ ਪਤਾ ਹੈ ਕਿ ਉਹ ਇਸ ਸਮੇਂ ਪਾਰਟੀ ਤੋਂ ਬੇਮੁੱਖ ਹੋਏ ਪਏ ਨੇ ਔਰ ਸਮੇਂ ਸਮੇਂ 'ਤੇ ਪਾਰਟੀ ਦੇ ਖਿਲਾਫ਼ ਬੋਲਦੇ ਨੇ। ਸੋ ਮੈਂ ਉਸ ਬਾਰੇ ਹੋਰ ਜ਼ਿਆਦਾ ਕੁਛ ਨਹੀਂ ਕਹਿਣਾ ਚਾਹਾਂਗਾ। ਉਹ ਸਾਨੂੰ ਪਤਾ ਕਿ ਜਦੋਂ ਇੱਕ ਬੰਦਾ ਟੁੱਟ ਜਾਂਦਾ ਹੈ ਪਰਿਵਾਰ ਦੇ ਨਾਲੋਂ ਤਾਂ ਉਹ ਫਿਰ ਉਹਦੇ ਮਨ ਵਿੱਚ ਭੜਾਸ ਰਹਿੰਦੀ ਹੈ ਔਰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਖੁੰਦਾ ਕੱਢਦਾ ਰਹਿੰਦਾ। ਹਾਂ, ਜਿੱਥੇ ਤੱਕ ਪੰਜਾਬ ਦਾ ਸਵਾਲ ਹੈ, ਸਾਡੀ ਸਰਕਾਰ ਦਾ ਸਵਾਲ ਹੈ, ਦੇਖੋ ਸਾਡੀ ਸਰਕਾਰ ਪੂਰੀ ਤਰੀਕੇ ਨਾਲ ਕਮਿਟਿਡ ਹੈਗੀ ਹੈ ਔਰ ਸਪੈਸ਼ਲ ਟਾਸਕ ਫੋਰਸ ਵੀ ਇਸ 'ਤੇ ਬਣੀ ਹੋਈ ਹੈ, ਬਹੁਤ ਜ਼ਿਆਦਾ ਕਾਰਵਾਈਆਂ ਵੀ ਹੋ ਰਹੀਆਂ। ਇਸ 'ਚ 2-3 ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਇੰਪੋਰਟੈਂਟ ਨੇ, ਸਾਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ ਕਿ ਸਾਡੀ ਇੱਕ ਤਾਂ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਵਿੱਚ ਪਿਛਲੇ 20-30 ਸਾਲਾਂ ਵਿੱਚ ਜਿਹੜੇ ਕੁਛ ਲੋਕ ਭ੍ਰਿਸ਼ਟਾਚਾਰ ਦੇ ਰਾਹੀਂ ਭਰਤੀ ਹੋਏ, ਚਾਹੇ ਉਹ ਪੁਲਿਸ ਹੈ ਚਾਹੇ ਉਹ ਐਡਮਿਨਿਸਟ੍ਰੇਸ਼ਨ ਹੈ, ਉਹ ਜਿਹੜੇ ਨੇ ਕਾਲੀਆਂ ਭੇਡਾਂ ਸਾਡੇ ਸਮਾਜ ਨੂੰ ਖਰਾਬ ਕਰ ਰਹੀਆਂ ਨੇ। ਇੱਕ ਤਾਂ ਇਹ ਬੜਾ ਗੰਭੀਰ ਵਿਸ਼ਾ ਹੈ ਅਤੇ ਉਹ ਨਸ਼ਾ ਵੇਚਣ ਵਾਲਿਆਂ ਨਾਲ ਮਿਲ ਜਾਂਦੇ ਨੇ। ਈਵਨ ਮੈਂ ਕਿਸੇ ਤੋਂ ਛੁਪਿਆ ਨਹੀਂ ਹੋਇਆ, ਚਾਹੇ ਕੋਈ ਇੱਦਾਂ ਬੁਰਾ ਮੰਨੇ, ਕਿ ਕਾਂਗਰਸੀ ਅਤੇ ਅਕਾਲੀ ਪੰਚ ਸਰਪੰਚ ਵੀ ਬਹੁਤ ਥਾਂ 'ਤੇ ਇਸ ਨਸ਼ੇ ਦੇ ਵਪਾਰ ਵਿੱਚ ਇਨਵੋਲਵ ਸੀਗੇ ਅਤੇ ਹਜੇ ਵੀ ਹੈਗੇ ਹੈ ਔਰ ਸਾਡੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਉਹਨਾਂ 'ਤੇ ਕਾਰਵਾਈ ਵੀ ਹੋ ਰਹੀ ਹੈ, ਲੇਕਿਨ ਸਿਸਟਮ ਦੇ ਵਿੱਚ ਜਿਹੜੀਆਂ ਕਾਲੀਆਂ ਭੇਡਾਂ ਨੇ, ਇੱਕ ਤਾਂ ਉਹਨਾਂ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ। ਬਹੁਤ ਸਾਰੇ ਸਾਡੇ ਅਫਸਰ ਕਰਮਚਾਰੀ ਬੜੇ ਇਮਾਨਦਾਰ ਨੇ, ਆਪਣੀ ਜਾਨ 'ਤੇ ਖੇਡ ਕੇ ਵੀ ਕਾਰਵਾਈ ਕਰਦੇ ਨੇ, ਲੇਕਿਨ ਕੁਛ ਇਹੋ ਜਿਹੇ ਜ਼ਰੂਰ ਹੈਗੇ ਨੇ। ਔਰ ਦੂਜੀ ਗੱਲ ਜਿਹੜੀ ਬਹੁਤ ਅਹਿਮ ਹੈ ਔਰ ਸਾਰੇ ਦੇਸ਼ ਨੂੰ ਜਾਣਨੀ ਚਾਹੀਦੀ ਹੈ, ਉਹ ਇਹ ਹੈ ਕਿ ਪੰਜਾਬ ਵਿੱਚ ਜਿਹੜਾ ਨਸ਼ਾ ਵਿਕ ਰਿਹਾ ਉਹ ਇੱਕ ਵੱਡੀ ਸਾਜਿਸ਼ ਦੇ ਤਹਿਤ ਵਿਕ ਰਿਹਾ। ਤੁਸੀਂ ਜਾਣਦੇ ਹੋ ਕਿ ਗੁਜਰਾਤ ਦੇ ਜਿਹੜੇ ਪ੍ਰਾਈਵੇਟ ਪੋਰਟਸ ਨੇ ਉਹਨਾਂ ਦੇ ਰਾਹੀਂ ਟਨਾਂ ਦੇ ਟਨ ਜਿਹੜਾ ਨਸ਼ਾ ਦੇਸ਼ ਵਿੱਚ ਵਾੜਿਆ ਜਾ ਰਿਹਾ। ਪੰਜਾਬ ਵਿੱਚ ਤਾਂ ਕਦੀ 1-2 ਕਿੱਲੋ 3 ਕਿੱਲੋ
ਇਸ ਹਿਸਾਬ ਨਾਲ ਫੜਿਆ ਜਾਂਦਾ, ਲੇਕਿਨ ਗੁਜਰਾਤ ਦੇ ਰਾਹੀਂ 3,000 ਕਿਲੋ ਦੀਆਂ ਖੇਪਾਂ ਜਿਹੜੀਆਂ ਨੇ ਉਹ ਫੜੀਆਂ ਗਈਆਂ ਨੇ। ਔਰ ਜੇ ਇੰਨੀਆਂ ਫੜੀਆਂ ਗਈਆਂ ਨੇ ਤਾਂ ਇਸ ਹਿਸਾਬ ਦੀਆਂ ਖੇਪਾਂ ਨਿਕਲੀਆਂ ਵੀ ਹੋਣੀਆਂ ਨੇ, ਨਿਕਲਦੀਆਂ ਵੀ ਹੋਣੀਆਂ ਨੇ, ਕਿਉਂਕਿ ਇੰਨੀ ਵੱਡੀ ਤਾਦਾਦ ਵਿੱਚ ਕੋਈ ਵੀ ਸਮਗਲਰ ਜਿਹੜਾ ਹੈ ਉਹ ਭੇਜਣ ਦੀ ਹਿੰਮਤ ਉਦੋਂ ਹੀ ਕਰਦਾ ਜਦੋਂ ਉਹਨੇ ਰੂਟ ਟੈਸਟ ਕਰ ਲਿਆ ਹੋਏ ਔਰ ਉਹਦੀਆਂ ਹੋਰ ਛੋਟੀਆਂ ਖੇਪਾਂ ਜਿਹੜੀਆਂ ਜਾਂ ਇਸ ਦੇ ਨਾਲ ਇੰਨੇ ਕਿਸਾਈ ਦੀਆਂ ਖੇਪਾਂ ਹੋਰ ਨਿਕਲੀਆਂ ਹੁੰਦੀਆਂ ਜੀ। ਸੋ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਜਿਹੜੇ ਉੱਥੋਂ ਇੰਨਾ, ਔਰ ਪੰਜਾਬ ਪੁਲਿਸ ਵੀ ਉੱਥੋਂ ਜਾ ਕੇ ਕਾਫੀ ਤਾਦਾਦ ਦੇ ਵਿੱਚ ਨਸ਼ਾ ਪਕੜ ਕੇ ਲਿਆਈ ਹੈ, ਇਹ ਸਾਡੇ ਤੋਂ ਛੁਪਿਆ ਨਹੀਂ ਹੋਇਆ। ਸੋ ਉਧਰੋਂ ਜਿਹੜਾ ਨਸ਼ਾ ਖਾਸ ਤੌਰ ਤੇ ਪੰਜਾਬ ਵਿੱਚ ਭੇਜਿਆ ਜਾ ਰਿਹਾ, ਕਿਉਂਕਿ ਭਾਜਪਾ ਸਰਕਾਰ ਜਿਹੜੀ ਆ ਉਹ ਪੰਜਾਬ ਦੀ ਦੁਸ਼ਮਣ ਹੈ, ਪੰਜਾਬ ਦੇ ਲੋਕਾਂ ਨੂੰ ਔਰ ਪੰਜਾਬ ਦੀ ਆਪ ਸਰਕਾਰ ਨੂੰ ਆਪਣਾ ਦੁਸ਼ਮਣ ਸਮਝਦੇ ਨੇ, ਕਿਉਂਕਿ ਪੰਜਾਬੀਆਂ ਨੇ ਹੀ ਮੋਦੀ ਸਾਹਿਬ ਦੇ ਗੋਡੇ ਲਵਾਏ ਨੇ, ਪੰਜਾਬ ਵਿੱਚ ਹੀ ਉਹਨਾਂ ਨੂੰ ਸਿਰਫ 3 ਸੀਟਾਂ ਆਈਆਂ ਨੇ, ਹੁਣ ਇੱਕ ਵੀ ਸੀਟ ਆਉਣ ਦੀ ਉਮੀਦ ਨਹੀਂ ਹੈ ਉਹਨਾਂ ਨੂੰ, ਔਰ ਹਰ ਵਾਰੀ ਜਿਹੜੇ ਪੰਜਾਬੀ ਹੀ ਉਹਨਾਂ ਨੂੰ ਜਿਹੜਾ ਹੈ ਪੰਜਾਬੀਆਂ ਦੇ ਅੱਗੇ ਉਹਨਾਂ ਨੂੰ ਝੁਕਣਾ ਪਿਆ ਹੈਗਾ। ਸੋ ਭਾਜਪਾ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਵਿੱਚ ਇਹ ਜਿਹੜਾ ਨਸ਼ੇ ਦਾ ਤਾਂਡਵ ਹੈ ਇਹ ਚੱਲਦਾ ਰਹੇ। ਤੁਸੀਂ ਦੇਖੋ ਕਿ ਗੁਜਰਾਤ ਵਿੱਚ ਭਾਜਪਾ ਦੀ ਸਰਕਾਰ ਹੈ, ਉਹਦੇ ਨਾਲ ਲੱਗਦਾ ਮੱਧ ਪ੍ਰਦੇਸ਼ ਉਹਦੇ 'ਚ ਭਾਜਪਾ ਦੀ ਸਰਕਾਰ ਹੈ, ਉਹਦੇ ਨਾਲ ਲੱਗਦਾ ਯੂਪੀ ਭਾਜਪਾ ਦੀ ਸਰਕਾਰ ਹੈ, ਉਹਦੇ ਨਾਲ ਲੱਗਦਾ ਹਰਿਆਣਾ ਭਾਜਪਾ ਦੀ ਸਰਕਾਰ ਹੈ, ਅਤੇ ਨਾਲ ਫਿਰ ਪੰਜਾਬ ਦਾ ਬਾਰਡਰ ਲੱਗ ਜਾਂਦਾ। ਪੰਜਾਬ ਦਾ ਬਾਰਡਰ ਜਿਹੜਾ ਹੈ ਉਹਨੂੰ ਸੀਲ ਤਾਂ ਪੂਰੀ ਤਰ੍ਹਾਂ ਕਰ ਨਹੀਂ ਸਕਦੇ, ਵਾਟਰ ਟਾਈਟ ਤਾਂ ਕਰ ਨਹੀਂ ਸਕਦੇ। ਸੋ ਇਸ ਮੈਂ ਸਮਝਦਾ ਕਿ ਇਸ ਰੂਟ ਦੇ ਰਾਹੀਂ ਜਿਹੜਾ ਬੜੀ ਵੱਡੀ ਤਾਦਾਦ ਦੇ ਵਿੱਚ ਨਸ਼ਾ ਭਾਜਪਾ ਦੇ ਜਿਹੜੇ ਦੋਸਤ ਨੇ ਉਹ ਭੇਜ ਰਹੇ ਨੇ ਤਾਂ ਕਿ ਪੰਜਾਬ ਨੂੰ ਜਿਹੜਾ ਹੈ ਉਹ ਖਤਮ ਕੀਤਾ ਜਾ ਸਕੇ, ਪੰਜਾਬ ਵਿੱਚ ਵੱਡਾ ਮੁੱਦਾ ਬਣਾਇਆ ਜਾ ਸਕੇ, ਪੰਜਾਬੀਆਂ ਨੂੰ ਜਿਹੜਾ ਤੰਗ ਕੀਤਾ ਜਾ ਸਕੇ। ਸੋ ਇਹ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ, ਔਰ ਮੈਂ ਇੱਥੇ ਸ਼ਰਤੀਆ ਕਹਿਣ ਨੂੰ ਤਿਆਰ ਹੈ ਕਿ ਜਦੋਂ ਭਾਜਪਾ ਦੀ ਸਰਕਾਰ ਕੇਂਦਰ ਚੋਂ ਖਤਮ ਹੋ ਗਈ ਤੁਸੀਂ ਦੇਖੋਗੇ ਕਿ ਪੰਜਾਬ ਵਿੱਚ ਨਸ਼ੇ ਵਿੱਚ ਬਹੁਤ ਵੱਡੀ ਗਿਰਾਵਟ ਤੁਹਾਨੂੰ। ਮਲਹੋਤਰਾ ਸਾਹਿਬ, ਪਿਛਲੇ ਸਾਲ ਮਾਨ ਸਾਹਿਬ ਨੇ ਪਟਿਆਲੇ ਦੇ ਵਿੱਚ ਰਾਸ਼ਟਰੀ ਜਿਹੜਾ ਉਹ ਸਾਡਾ ਸੁਤੰਤਰਤਾ ਦਿਵਸ ਹੁੰਦਾ ਉਹਦੇ ਉੱਤੇ ਐਲਾਨ ਕੀਤਾ ਸੀ ਕਿ ਮੈਨੂੰ 1 ਸਾਲ ਦੇ ਦਿਓ, ਆ ਗਿਆ 15 ਅਗਸਤ, ਬਸ ਨੇੜੇ ਹੈ। ਦੇਖੋ ਜੀ, ਜਿੱਥੇ ਤੱਕ ਮਾਨ ਸਾਹਿਬ ਦਾ ਸਵਾਲ ਹੈਗਾ ਉਹਨਾਂ ਦੇ ਜਿਹੜੀ ਸੱਚੀ ਸੁੱਚੀ ਨੀਅਤ ਦੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ, ਉਹ ਤਾਂ ਆਪਣੇ ਪੂਰੇ ਜਾਨ ਦੇ ਨਾਲ ਦਿਨ ਰਾਤ ਪੰਜਾਬ ਦੀ ਸੇਵਾ 'ਚ ਲੱਗੇ ਨੇ, ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ 'ਚ, ਭ੍ਰਿਸ਼ਟਾਚਾਰ 'ਚ ਬਚਾਉਣ 'ਚ ਉਹਨਾਂ ਦਾ ਬੜਾ ਵੱਡਾ ਹੱਥ ਹੈਗਾ, ਔਰ ਅੱਜ ਪੰਜਾਬ ਦੇ ਵਿੱਚ ਜਿਹੜੀ ਖੁਸ਼ਹਾਲੀ ਆ ਰਹੀ ਹੈ, ਲੋਕਾਂ ਦਾ ਜੀਵਨ ਸੁਖੱਲਾ ਹੋਇਆ, ਚਾਹੇ ਉਹ 5-7 ਹਜ਼ਾਰ ਰੁਪਏ ਮਹੀਨੇ ਦਾ ਹੀ ਲੋਕਾਂ ਦੇ ਬਜਟ ਨੂੰ ਫਰਕ ਪਿਆ ਹੈਗਾ, ਪਰ ਫਿਰ ਵੀ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹ ਆਸਾਨ ਹੋਈ ਹੈ, ਔਰ ਆਉਣ ਵਾਲੇ ਦਿਨਾਂ ਵਿੱਚ ਮਾਨ ਸਾਹਿਬ ਦੀ ਕੋਸ਼ਿਸ਼ ਸਦਕਾ ਹੀ ਆਸਾਨ ਹੋਣੀ ਹੈ। ਸੋ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਹੈ ਕਿ ਨਸ਼ਿਆਂ ਤੇ ਨੱਥ ਪਾਈ ਜਾਏ, ਪਰ ਕਿਉਂਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਜੇ ਬੇਈਮਾਨ ਹੋ ਜਾਏ ਔਰ ਗਲਤ ਕੰਮਾਂ 'ਚ ਇਨਵੋਲਵ ਹੋ ਜਾਏ ਔਰ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰੇ ਤਾਂ ਕਿਧਰੇ ਇਮਾਨਦਾਰ ਤੋਂ ਇਮਾਨਦਾਰ ਸਰਕਾਰ ਨੂੰ ਵੀ ਧੱਕਾ ਜੀ ਜੀ ਜੀ। ਬਿਜਲੀ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ, ਕਿਉਂਕਿ ਕੱਟ ਲੱਗਣੇ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ, ਉਹ ਤੋਂ ਇਲੈਕਸ਼ਨ ਆ ਚੁੱਕੀ ਹੋਈ ਹੈ, ਔਰ ਪੰਜਾਬ ਦੇ ਵਿੱਚ ਕਲੇਮ ਕੀਤਾ ਜਾ ਰਿਹਾ ਕਿ ਬਿਜਲੀ ਦੇ ਹੁਣ ਕੱਟ ਨਹੀਂ ਲੱਗਣਗੇ, ਚਾਹੇ ਪਰਚੇਜ਼ ਕਰਕੇ ਹੀ ਸਾਨੂੰ ਦੇਣੀ ਪਵੇ, ਪਰ ਇਸ ਵਾਰ ਕੱਟ ਸ਼ੁਰੂ ਹੋ ਗਿਆ ਔਰ ਹਾਲੇ ਤਾਂ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ। ਜਨਾਬ, ਸੀਜ਼ਨ ਕਿੱਥੇ ਨਹੀਂ ਸ਼ੁਰੂ ਹੋਇਆ, ਗਰਮੀ ਜਿਹੜੀ ਹੈ ਸ਼ਿਖਰ ਤੇ ਹੈਗੀ ਹੈ, ਘਰੋਂ ਬਾਹਰ ਨਹੀਂ ਨਿਕਲਿਆ ਜਾਂਦਾ, ਬੰਦਾ ਕਹਿੰਦਾ ਹਰ ਟਾਈਮ ਏਸੀ ਚਲਾ ਕੇ ਬੈਠਾ। ਮੇਰੇ ਕਹਿਣ ਦਾ ਭਾਵ ਹੈ ਸੀਜ਼ਨ ਉਦੋਂ ਸ਼ੁਰੂ ਹੋਣਾ ਹੈ ਜਦੋਂ ਝੋਨਾ ਲੱਗਣਾ ਸ਼ੁਰੂ ਹੋਣਾ, ਇਸ ਗਰਮੀ ਦੀ ਹਾਲੇ ਹੁਣੇ ਹੀ ਜਿਹੜੀ ਆ ਉਹ ਪੀਕ ਤੇ ਚਲੀ ਗਈ ਆ ਡਿਮਾਂਡ।
ਉਹ ਦੇਖੋ ਚਾਹੇ ਕਣਕ ਦਾ ਸੀਗਾ ਚਾਹੇ ਅੱਗੇ ਝੋਨੇ ਦਾ ਸੀਜ਼ਨ ਹੈ ਉਹਦੇ ਲਈ ਪੰਜਾਬ ਸਰਕਾਰ ਨੇ ਇੰਤਜ਼ਾਮ ਕੀਤਾ ਹੋਇਆ ਹੈਗਾ ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਪੰਜਾਬੀਆਂ ਨੂੰ ਨਾ ਕੇਵਲ ਮੁਫਤ ਬਿਜਲੀ ਮਿਲੇ ਬਲਕਿ 24 ਘੰਟੇ ਬਿਜਲੀ ਮਿਲੇ ਔਰ ਉਸਦੇ ਵਿੱਚ ਤੁਸੀਂ ਦੇਖੋ ਕਿ 300 ਯੂਨਿਟ ਤਾਂ ਹਰ ਇੱਕ ਪਰਿਵਾਰ ਨੂੰ ਫ੍ਰੀ ਅਸੀਂ ਦੇ ਰਹੇ ਹਾਂ, ਕਿਸਾਨਾਂ ਨੂੰ ਦਿਨ ਦੇ ਟਾਈਮ ਅਸੀਂ ਬਿਜਲੀ ਦੇ ਰਹੇ ਹਾਂ ਔਰ ਗੋਇੰਦਵਾਲ ਸਾਹਿਬ ਦਾ ਜਿਹੜਾ ਪਲਾਂਟ ਹੈਗਾ ਉਹ ਪੰਜਾਬ ਸਰਕਾਰ ਨੇ ਖਰੀਦ ਲਿਆ। ਪਹਿਲਾਂ ਵਾਲੀਆਂ ਸਰਕਾਰਾਂ ਤਾਂ ਘਰ ਦੇ ਭਾਂਡੇ ਵੇਚ ਗਈਆਂ ਸੀਗੀਆਂ ਔਰ ਅੱਜ ਸਥਿਤੀ ਇਹ ਹੈਗੀ ਹੈ ਕਿ ਪੰਜਾਬ ਆਪਣੀ ਫਾਲਤੂ ਬਿਜਲੀ ਜਿਹੜੀ ਹੈ ਉਹ ਗੁਜਰਾਤ ਨੂੰ ਤੇ ਨੈਸ਼ਨਲ ਗ੍ਰਿਡ ਨੂੰ ਵੇਚ ਰਿਹਾ ਔਰ ਪਿਛਲੇ 2 ਮਹੀਨੇ ਦੇ ਦੌਰਾਨ ਕਰੀਬ 286 ਕਰੋੜ ਰੁਪਏ ਦੀ ਬਿਜਲੀ ਜਿਹੜੀ ਹੈ ਉਹ ਪੰਜਾਬ ਵੇਚ ਚੁੱਕਾ ਹੈ ਅਪ੍ਰੈਲ ਔਰ ਮਈ। ਮਈ ਹਜੇ ਖਤਮ ਨਹੀਂ ਹੋਇਆ, ਸੋ ਸਾਡੇ ਕੋਲ ਬਿਜਲੀ ਜਿਹੜੀ ਹੈ ਉਹ ਇਸ ਟਾਈਮ ਸਰਪਲਸ ਹੈਗੀ ਹੈ। ਪਰ ਆਉਣ ਵਾਲੇ ਕੱਟ ਲੱਗ ਸਮੇਂ ਰਹੇ ਚ ਨੇ, ਗੱਲਾਂ ਹੈ ਕਿ ਕੱਟ ਲੱਗ ਰਹੇ ਨੇ, ਤੁਸੀਂ ਕਹਿ ਰਹੇ ਹੋ ਅਸੀਂ ਵੇਚ ਰਹੇ ਹਾਂ। ਨਹੀਂ ਸਰ, ਉਹ ਅਨਸ਼ਡਿਊਲਡ ਕੱਟ ਨੇ, ਕਿਧਰੇ ਕੋਈ ਬ੍ਰੇਕ ਡਾਊਨ ਹੋ ਗਿਆ, ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਹੋ ਗਈ, ਸ਼ਡਿਊਲਡ ਕੱਟ ਕੋਈ ਵੀ ਜੀ ਨਹੀਂ ਲੱਗ ਰਿਹਾ, ਯਾਨੀ ਕਿ ਪਲੈਨਡ ਕੱਟ ਕੋਈ ਵੀ ਨਹੀਂ ਲੱਗ ਰਿਹਾ। ਇਹ ਮੈਂ ਇੱਥੇ ਜੀ ਸਭ ਨੂੰ ਦੱਸਣਾ ਜੀ ਜੀ ਚਾਹਾਂਗਾ ਜੀ। ਦੋ ਸਵਾਲ ਹੈ ਹੁਣ। ਇੱਕ ਤਾਂ ਇਹ ਕਿ ਦੇਖੋ ਤੁਸੀਂ ਔਰਤਾਂ ਲਈ ਬਹੁਤ ਮਹੱਤਵ ਦਿੱਤਾ ਕਿ ਉਹਨਾਂ ਨੂੰ 1,000 ਰੁਪਇਆ ਦੇਣਾ ਚਾਹੁੰਦੇ ਆ ਤੁਸੀਂ, ਹਾਂਜੀ, ਖਾਸ ਤੌਰ 'ਤੇ ਜਿਹੜੇ ਮੁਹੱਲਾ ਕਲੀਨਿਕ ਹੈ ਉੱਥੇ ਵੀ, ਕਿਉਂਕਿ ਔਰਤਾਂ ਆਪਣੇ ਨੇੜੇ ਨੇੜੇ ਜਾ ਰਹੀਆਂ ਨੇ, ਚਲੋ ਫਾਇਦਾ ਹੁੰਦਾ। ਪਰ ਤੁਸੀਂ ਪੂਰੇ ਪੰਜਾਬ ਦੇ ਵਿੱਚ ਕੋਈ ਵੀ ਉਮੀਦਵਾਰ ਔਰਤਾਂ ਨਹੀਂ ਚੁਣ ਸਕੇ, ਇਹਦਾ ਕਾਰਨ ਕੀ ਹੈ ਕਿ ਤੁਹਾਡੇ ਕੋਲ ਕੋਈ ਉਮੀਦਵਾਰ ਨਹੀਂ ਹੈਗਾ ਇਸ ਲੈਵਲ ਦਾ ਜਿਹਨੂੰ ਤੁਸੀਂ ਸਮਝਿਆ ਹੋਵੇ, ਕਿਉਂਕਿ ਮੰਤਰੀ ਹੀ ਲਾਉਣੇ ਪਏ, ਤੁਸੀਂ ਉਸ ਉਹ ਨਹੀਂ ਉਸ ਲੈਵਲ ਦਾ ਕੋਈ ਲੱਭਿਆ ਤੁਹਾਨੂੰ? ਔਰ ਦੂਸਰੀ ਇੱਕ ਹੋਰ ਸਵਾਲ ਹੈ ਕਿ ਤੁਸੀਂ ਪਾਰਟੀ ਤੁਹਾਡੀ ਨੇ ਬੜਾ ਲੰਮਾ ਸਮਾਂ ਬਹੁਤ ਸਾਰੇ ਖੇਤਰਾਂ ਦੇ ਵਿੱਚ, ਹਰ ਖੇਤਰ ਦੇ ਵਿੱਚ ਹੀ ਲੋਕ ਸਭਾ ਇੰਚਾਰਜ ਲਾਏ ਸੀਗੇ, ਉਹਨਾਂ ਨੂੰ ਕੱਟ ਕੇ ਉਹਨਾਂ ਦੀ ਥਾਂ 'ਤੇ ਫਿਰ ਤੁਸੀਂ ਬਦਲ ਦਿੱਤੇ ਜਿਹੜੇ ਹੈ ਆਪਣੇ ਨਵੇਂ ਲਾ ਦਿੱਤੇ ਨੁਮਾਇੰਦੇ, ਉਹਦੇ ਨਾਲ ਰਿਜੈਂਟਮੈਂਟ ਵੀ ਗਈ ਹੈ। ਸੋ ਇਹ ਦੋ ਗੱਲਾਂ ਨੇ ਕਿ ਲੋਕ ਸਭਾ ਦੇ ਇੰਚਾਰਜਾਂ ਨੂੰ ਕਿਉਂ ਨਹੀਂ ਦਿੱਤਾ ਗਿਆ, ਉਹਦਾ ਕਾਰਨ ਪਾਰਟੀ ਨੂੰ ਪਤਾ ਹੋਏਗਾ, ਔਰ ਔਰਤ ਉਮੀਦਵਾਰ ਤੁਸੀਂ ਇੱਕ ਵੀ ਨਹੀਂ ਦੇ ਸਕੇ? ਦੇਖੋ ਵੜੈਚ ਸਾਹਿਬ, ਸਾਡੀ ਤਾਂ ਹਜੇ ਸਿਰਫ 12 ਸਾਲ ਪੁਰਾਣੀ ਪਾਰਟੀ ਹੈਗੀ ਹੈ, ਆਮ ਲੋਕ ਹੈਗੇ ਆ ਅਸੀਂ। ਸੋ ਤੁਸੀਂ ਸਹਿਮਤ ਹੋਵੋਗੇ ਕਿ ਪਾਰਟੀ ਨੂੰ ਡਿਵੈਲਪ ਹੁੰਦਿਆਂ, ਉਹਦਾ ਕੇਡਰ ਡਿਵੈਲਪ ਹੁੰਦਿਆਂ, ਉਹਦੀਆਂ ਜੜ੍ਹਾਂ ਲੱਗਦਿਆਂ ਬਹੁਤ ਸਮਾਂ ਲੱਗਦਾ। ਦੂਜੀਆਂ ਪਾਰਟੀਆਂ ਜਿਹੜੀਆਂ 135-135 ਸਾਲ ਪੁਰਾਣੀਆਂ ਨੇ, ਉਹਨਾਂ ਨੇ ਕਿੰਨੇ ਕੁ ਵੁਮਨ ਕੈਂਡੀਡੇਟਸ ਦੇ ਤੇ, ਆਪਾਂ ਉਹਦੇ ਵੱਲ ਵੀ ਝਾਤ ਮਾਰੀਏ। ਅਕਾਲੀ ਦਲ ਨੇ ਕਿੰਨੇ ਦੇ ਤੇ, ਤੇ ਕਾਂਗਰਸ ਨੇ ਕਿੰਨੇ ਦੇ ਤੇ, ਤੇ ਭਾਜਪਾ ਨੇ ਕਿੰਨੇ ਦੇ ਤੇ। ਸੋ ਨਵੀਂ ਪਾਰਟੀ ਹੈ, ਅਜੇ ਸਾਡੀਆਂ ਜੜ੍ਹਾਂ ਲੱਗ ਰਹੀਆਂ ਨੇ, ਥੋੜਾ ਜਿਹਾ ਤਾਂ ਸਾਨੂੰ ਸਮਾਂ ਦਿਓ ਨਾ, ਹਰੇਕ ਪੱਖ ਤੇ ਸਾਨੂੰ ਟੈਸਟ ਨਾ ਕਰੋ ਤੁਸੀਂ। ਨਹੀਂ ਅਸੀਂ ਅਸੀਂ ਟੈਸਟ ਬੇਸਿਕਲੀ ਨਹੀਂ ਕਰ ਰਹੇ, ਅਸੀਂ ਤਾਂ ਪੁੱਛ ਰਹੇ ਹਾਂ, ਟੈਸਟ ਨਹੀਂ ਕਰ ਰਹੇ ਅਸੀਂ, ਲੜਾਈ ਲੜਨ ਆਏ ਆ, ਦੇਸ਼ ਦੀ ਰਾਜਨੀਤੀ ਨੂੰ ਬਦਲਣ ਆਏ ਆ, ਔਰ ਬਹੁਤ ਹੱਦ ਤੱਕ ਅਸੀਂ ਰਾਜਨੀਤੀ ਬਦਲ ਵੀ ਦਿੱਤੀ ਹੈ। ਤੁਸੀਂ ਦੇਖੋ ਸਾਡੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਦੂਜੀਆਂ ਪਾਰਟੀਆਂ ਵੀ ਅਪਣਾ ਰਹੀਆਂ ਨੇ, ਕਾਂਗਰਸ ਵੀ ਅਪਣਾ ਰਹੀ ਹੈ, ਹੋਰ ਵੀ ਅਪਣਾ ਰਹੀਆਂ। ਸੋ ਸਾਨੂੰ ਥੋੜਾ ਜਿਹਾ ਸਮਾਂ ਦਿਓ, ਔਰ ਤੁਸੀਂ ਦੇਖੋ ਕਿ ਪਹਿਲਾਂ ਜਿਹੜੀਆਂ ਸਾਡੀਆਂ ਵਿਧਾਨ ਸਭਾ ਚੋਣਾਂ ਹੋਈਆਂ ਨੇ ਉਸ 'ਚ ਸਾਡੀ ਲੇਡੀ ਕੈਂਡੀਡੇਟ ਸੀਗੀਆਂ, ਔਰ ਹੁਣ ਤਾਂ 2 ਕੈਬਨਿਟ ਲੈਵਲ ਦੇ ਸਾਡੇ MLAs ਵੀ ਨੇ ਜੀ, ਇੱਕ ਮਿਨਿਸਟਰ ਹੈ ਤੇ ਦੂਸਰੇ ਚੀਫ ਵਿਪ ਨੇ। ਸੋ ਕੋਈ ਐਸੀ ਗੱਲ ਨਹੀਂ, ਸਾਡੀਆਂ ਭੈਣਾਂ ਨੇ ਸਾਨੂੰ, ਅਸੀਂ ਪੂਰੀ ਤਰ੍ਹਾਂ ਇੱਜ਼ਤ ਕਰਦੇ ਹਾਂ ਔਰ ਉਹਨਾਂ ਦੇ ਬਰਾਬਰ ਦੇ ਹੱਕਾਂ 'ਚ ਅਸੀਂ ਵਿਸ਼ਵਾਸ ਕਰਦੇ ਹਾਂ। ਆਉਣ ਵਾਲੇ ਸਮੇਂ 'ਚ ਤੁਸੀਂ ਦੇਖੋਗੇ ਕਿ ਉਹ ਹੋਰ ਲੇਡੀਜ਼ ਜਿਹੜੀਆਂ ਨੇ ਆਮ ਆਦਮੀ ਪਾਰਟੀ 'ਚ ਅੱਗੇ ਆਉਣਗੀਆਂ। ਔਰ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਕਿ ਲੋਕ ਸਭਾ ਇੰਚਾਰਜਸ ਦੀ ਤੇ ਉਹਨਾਂ ਨੂੰ ਟਿਕਟਾਂ ਨਾ ਦੇਣ ਦੀ, ਸਰ ਲੋਕ ਸੰਗਠਨ ਦੇ ਵਿੱਚ ਲੋਕ ਸਭਾ ਦਾ ਇੰਚਾਰਜ ਹੋਣਾ ਜਿਹੜਾ ਉਹ ਅਲੱਗ ਗੱਲ ਹੈ, ਤੇ ਲੋਕ ਸਭਾ ਦੀ ਇਲੈਕਸ਼ਨ ਲੜਨਾ ਜਿਹੜਾ ਉਹ ਟੋਟਲੀ ਡਿਫਰੈਂਟ ਹੈਗਾ।
ਇਸ ਆਪਾਂ ਦੋਨਾਂ ਨੂੰ ਮਿਕਸ ਨਹੀਂ ਕਰ ਸਕਦੇ। ਉਹ ਕਿਸੇ ਨੂੰ ਅਗਰ ਲੋਕ ਸਭਾ ਦਾ ਇੰਚਾਰਜ ਲਗਾਇਆ ਤਾਂ ਉਹਦੇ ਕਾਬਲੀਅਤ ਨੂੰ ਦੇਖਦੇ ਹੋਏ ਔਰ ਉਹਦੇ ਸੇਵਾ ਨੂੰ ਧਿਆਨ 'ਚ ਰੱਖਦੇ ਹੋਏ ਉਹਨੂੰ ਮਾਨ ਸਨਮਾਨ ਪਾਰਟੀ ਨੇ ਦਿੱਤਾ ਹੈਗਾ, ਲੇਕਿਨ ਇਲੈਕਸ਼ਨ ਲੜਨਾ ਔਰ ਉਹ ਵੀ ਭਾਜਪਾ ਵਰਗੀਆਂ ਤੇ ਕਾਂਗਰਸ ਵਰਗੀਆਂ 125-25 ਸਾਲ ਪੁਰਾਣੀਆਂ 35-35 ਸਾਲ ਪੁਰਾਣੀਆਂ ਪਾਰਟੀਆਂ ਦੇ ਨਾਲ ਲੜਨਾ, ਉਹ ਟੋਟਲੀ ਡਿਫਰੈਂਟ ਬਾਲ ਗੇਮ ਹੁੰਦੀ ਹੈ। ਸੋ ਉਹਨਾਂ ਦੋਨਾਂ ਨੂੰ ਅਸੀਂ ਆਪਸ 'ਚ ਨਹੀਂ ਸਕਦੇ। ਜੀ ਜੀ, ਤੁਸੀਂ ਗੱਲ ਕੀਤੀ ਸੀ ਕਾਂਗਰਸ ਪਾਰਟੀ ਦੇ ਦੋ ਉਮੀਦਵਾਰ ਨੇ ਜੀ, ਇੱਕ ਹੁਸ਼ਿਆਰਪੁਰ ਤੋਂ ਜਾਮਨੀ ਗੋਮਰ ਜੀ ਔਰ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ, ਔਰ ਅਕਾਲੀ ਦਲ ਕੋਲੇ ਇੱਕ ਹੈ, ਮਤਲਬ ਕਹਿਣ ਨੂੰ ਹੈਗੀ ਉਹਨਾਂ ਕੋਲੇ, ਔਰ ਬੀਜੇਪੀ ਨੇ ਤਿੰਨ ਉਮੀਦਵਾਰ ਜਿਹੜੇ ਆ ਉਹ ਦਿੱਤੇ ਆ ਤੁਹਾਡੀ ਪਾਰਟੀ। ਖੈਰ ਆਪਾਂ ਤੁਸੀਂ ਹੁਣ ਕਿਉਂਕਿ ਚੋਣਾਂ ਆ ਗਈਆਂ, ਇੱਕ ਤਰੀਕ ਬੜੀ ਖਤਰਨਾਕ ਹੈ, ਖਤਰਨਾਕ ਇਨ ਦਾ ਸੈਂਸ ਕਿ 1 ਤਰੀਕ ਨੂੰ ਬੇਅਦਬੀ ਹੋਈ ਸੀ ਜਿਹੜੀ ਆ ਉਹ ਬੁਰਜ ਜਵਾਹਰ ਸਿੰਘ ਦੀ, ਔਰ 1 ਤਰੀਕ 1984 ਨੂੰ ਹੀ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਬਲਿਊ ਸਟਾਰ ਓਪਰੇਸ਼ਨ ਦੀ ਸ਼ੁਰੂਆਤ ਹੁੰਦੀ ਆ ਜਦੋਂ CRPF ਵਾਲੇ ਸ਼ਾਮ ਨੂੰ ਗੋਲੀਬਾਰੀ ਜਿਹੜੀ ਆ ਉਹ ਦਰਬਾਰ ਸਾਹਿਬ ਦੇ ਉੱਤੇ ਕਰਦੇ ਆ। ਇਹ ਦੋ ਦਿਨ ਬੜੇ ਜਿਹੜੇ ਆ ਉਹ ਇਕੱਠੇ ਹੋ ਗਏ ਆ, ਉੱਤੋਂ ਗਰਮੀ ਵੀ ਬੜੀ ਆ ਇਸ ਦਿਨ, ਜਿਹੜੇ ਆ ਉਹ ਲੋਕਾਂ ਦੇ ਵਿੱਚ ਰਿਜੈਂਟਮੈਂਟ ਹੋਈ ਕਿ ਜੀ ਇਹ ਦਿਨ ਜਾਣ ਕੇ ਰੱਖਿਆ ਗਿਆ, ਸਾਨੂੰ ਖਪਾਉਣ ਵਾਸਤੇ ਰੱਖਿਆ ਗਿਆ। ਖੈਰ ਆਪਾਂ ਉੱਧਰ ਨਹੀਂ ਜਾਂਦੇ, ਤੁਹਾਡਾ ਮੁਕਾਬਲਾ ਜਿਹੜਾ ਉਹ ਤੁਸੀਂ ਸਿੱਧੇ ਰੂਪ ਵਿੱਚ ਕਿਹਦੇ ਨਾਲ ਸਮਝਦੇ ਹੋ? ਤੁਹਾਡੇ 13 ਦੇ 13 ਉਮੀਦਵਾਰ ਹੈਗੇ ਆ, ਹਾਂਜੀ, ਅਤੇ ਉਹਨਾਂ ਦਾ ਸਿੱਧਾ ਮੁਕਾਬਲਾ ਕਾਂਗਰਸ ਨਾਲ ਹੈ, ਅਕਾਲੀ ਨਾਲ ਹੈ, ਜਾਂ ਬੀਜੇਪੀ ਨਾਲ ਹੈ, ਜਾਂ ਵੱਖ ਵੱਖ ਸੀਟਾਂ 'ਤੇ ਵੱਖ ਵੱਖ ਹੈ? ਦੇਖੋ ਜੀ, ਸਾਡੀ ਪਾਰਟੀ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੈ। ਉਹ ਕਹਿੰਦੇ ਆ ਨਾ ਕਿ ਕਿਉਂ ਪੜੇ ਹੋ ਚੱਕਰ ਮੇ, ਕੋਈ ਨਹੀਂ ਹੈ ਟੱਕਰ ਮੇ। ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਕੋਲ ਰਹਿ ਕੀ ਹੈ ਜੀ, ਪ੍ਰਧਾਨ ਇਹਨਾਂ ਦਾ ਭੱਜ ਗਿਆ, ਮੁੱਖ ਮੰਤਰੀ ਇਹਨਾਂ ਦਾ ਭੱਜ ਗਿਆ, ਉਸ ਤੋਂ ਬਾਅਦ ਜਿਹੜਾ ਮੁੱਖ ਮੰਤਰੀ ਆਇਆ ਸੀ ਉਹ ਬੱਕਰੀ ਦਾ ਦੁੱਧ ਚੁੰਦਾ ਰਿਹਾ ਜਾਂ ਮੰਜੇ ਬੁਣਦਾ ਰਿਹਾ, ਤੇ ਉਹਦੇ ਭਤੀਜੇ ਕੋਲੋਂ 10 ਕਰੋੜ ਰੁਪਏ ਨਿਕਲੇ ਭਾਂਜੇ ਕੋਲੋਂ, ਤੇ ਕੈਂਡੀਡੇਟ ਇਹਨਾਂ ਦੇ ਕੋਲ ਪ੍ਰੋਪਰ ਹੈ ਨਹੀਂ। ਦੇਖੋ ਤੁਸੀਂ, ਪ੍ਰਧਾਨ ਵੀ ਆਪਣਾ ਸ਼ਹਿਰ ਛੱਡ ਕੇ ਦੂਸਰੇ ਸ਼ਹਿਰ ਚਲਾ ਗਿਆ, ਬਾਕੀ 2 ਕੈਂਡੀਡੇਟ ਹੋਰ ਇਹਨਾਂ ਦੇ, ਖਹਿਰਾ ਸਾਹਿਬ ਤੇ ਵਿਜੇਂਦਰ ਸਿੰਗਲਾ ਵੀ ਨੂੰ ਵੀ ਇਹਨਾਂ ਨੇ ਇਹਨਾਂ ਨੂੰ ਉਹਨਾਂ ਦੇ ਜ਼ਿਲ੍ਹੇ ਚੇਂਜ ਕਰਨੇ ਪਏ, ਉਹਨਾਂ ਦੀ ਲੋਕ ਸਭਾ ਕੌਂਸਟੀਚੁਐਂਸੀ ਚੇਂਜ ਕਰਨੀਆਂ ਪਈਆਂ। ਸੋ ਬੇਸਿਕਲੀ ਇਹਨਾਂ ਦਾ ਐਂਡ ਜਿਹੜਾ ਹੈ, ਜੋ ਵੀ ਇਹਨਾਂ ਦਾ ਅਕਸ ਹੈਗਾ ਉਹ ਖਰਾਬ ਹੋ ਚੁੱਕਾ, ਨਿਕੰਮੇ ਸਿੱਧ ਹੋ ਚੁੱਕੇ ਹੈ, ਔਰ ਇਸੀ ਨੂੰ ਦੇਖਦੇ ਹੋਏ ਇਹਨਾਂ ਨੂੰ ਉਹਨਾਂ ਦੀ ਜਿਹੜੀ ਕੌਂਸਟੀਚੁਐਂਸੀਜ਼ ਹੈ ਉਹ ਚੇਂਜ ਕਰਨੀਆਂ ਪਈਆਂ ਹੈਗੀਆਂ। ਔਰ ਪਿਛਲੇ 5 ਸਾਲਾਂ ਦੇ ਦੌਰਾਨ ਇਹਨਾਂ ਨੇ ਪੰਜਾਬ ਨੂੰ ਕੀ ਦਿੱਤਾ ਹੈ, ਗੁਟਕਾ ਸਾਹਿਬ ਦੀ ਸੌਂਹ ਖਾ ਕੇ ਵੀ ਜਿਹੜੀ ਪਾਰਟੀ ਉਸਨੂੰ ਵਫਾ ਨਹੀਂ ਕਰ ਸਕੀ। ਸੋ ਲੋਕਾਂ ਦੇ ਵਿੱਚ ਇਹਨਾਂ ਦਾ ਅਕਸ ਜਿਹੜਾ ਬਹੁਤ ਗਿਰਿਆ ਹੋਇਆ ਹੈਗਾ, ਔਰ ਕੇਂਦਰ ਦੇ ਵਿੱਚ ਪਰਿਵਾਰਵਾਦ ਤੋਂ ਨਹੀਂ ਨਿਕਲ ਪਾ ਰਹੇ। ਸੋ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਕਿਸੇ ਤਰ੍ਹਾਂ ਦੀ ਵੀ ਟੱਕਰ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਨੂੰ ਦੇ ਸਕੇਗੀ। ਜਿੱਥੇ ਤੱਕ ਅਕਾਲੀਆਂ ਦਾ ਸਵਾਲ ਹੈਗਾ ਸਰ, ਜਿੰਨੇ ਬਦਨਾਮ ਅੱਜ ਅਕਾਲੀ ਹੈਗੇ ਹੈ ਉਹਨਾਂ, ਮੇਰੇ ਖਿਆਲ ਨਾਲ ਪੰਜਾਬ 'ਚ ਕਦੀ ਕੋਈ ਬਦਨਾਮ ਰਿਹਾ ਹੀ ਨਹੀਂ। ਉਹਨਾਂ ਦੇ ਪ੍ਰਧਾਨਾਂ ਤੇ ਪ੍ਰਧਾਨ ਦੇ ਉੱਤੇ ਹਿੱਸੇ ਮੰਗਣ ਦੇ ਜਿਹੜੇ ਇਲਜ਼ਾਮ ਲੱਗਦੇ ਰਹੇ ਹੈ, ਜਾਂ ਉਹਨਾਂ ਦੇ ਮੰਤਰੀ ਦੇ ਉੱਤੇ ਆਪਣੀ ਸਿਕਿਉਰਿਟੀ ਕਾਰ ਕੋਠੀ ਨਸ਼ੇ ਦੇ ਵਪਾਰੀਆਂ ਨੂੰ ਦੇਣ ਦੇ ਇਲਜ਼ਾਮ ਲੱਗਦੇ ਰਹੇ ਹੈ, ਜਾਂ ਪ੍ਰਧਾਨ ਦਾ ਮਾਫੀਏ ਦੇ ਨਾਲ ਲਿੰਕ ਜਿਹੜੇ ਹੈ, ਚਾਹੇ ਉਹ ਟਰਾਂਸਪੋਰਟ ਮਾਫੀਆ ਅਤੇ ਹੋਰ ਮਾਫੀਆ ਹੈਗੇ ਆ, ਉਹਦੀ ਗੱਲ ਉੱਠਦੀ ਰਹੀ ਹੈ, ਜਾਂ ਇਹਨਾਂ ਦੇ ਲੀਡਰਾਂ ਦੀਆਂ ਔਰਤਾਂ ਦੇ ਸੂਟਕੇਸ, ਨੋਟਾਂ ਦੇ ਭਰੇ ਸੂਟਕੇਸ ਫੜਨ ਦੀ ਜਿਹੜੀ ਗੱਲ ਉੱਠਦੀ ਰਹੀ ਹੈ, ਜਾਂ ਹੋਰ ਨਹੀਂ ਤਾਂ ਗੁਰਬਾਣੀ ਦੇ ਵਪਾਰ ਦੀ ਜਿਹੜੀ ਗੱਲ ਹੈਗੀ ਹੈ, ਜਾਂ ਜਿਹੜੀਆਂ ਪੰਜਾਬ ਦੀਆਂ ਸੜਕਾਂ ਇਹ ਵੇਚ ਕੇ ਹਰ 50 ਕਿਲੋਮੀਟਰ 'ਤੇ ਡਾਕੂ ਬਿਠਾ ਗਏ ਜਿਹੜੇ ਲੋਕਾਂ ਨੂੰ ਲੁੱਟੇ ਬਿਨਾਂ ਜਾਣ ਨਹੀਂ ਦਿੰਦੇ, ਜਾਂ ਫਿਰ ਬਿਜਲੀ ਦੇ ਜਿਹੜੇ ਸਮਝੌਤੇ ਕਰ ਗਏ, 2.5 ਰੁਪਏ ਯੂਨਿਟ ਬਿਜਲੀ ਮਾਰਕੀਟ 'ਚ ਮਿਲਦੀ ਸੀ, 8.86 ਰੁਪਏ ਦੇ ਸਮਝੌਤੇ ਕਰ ਗਏ ਔਰ 25 ਸਾਲ ਲਈ ਪੰਜਾਬ ਨੂੰ ਬੰਨ ਗਏ।
ਸੋ ਇਹ ਪੂਰੀ ਤਰ੍ਹਾਂ ਬਦਨਾਮ ਪਾਰਟੀ ਹੈ, ਇਹਨਾਂ ਨੂੰ ਕੋਈ ਮੂੰਹ ਵੀ ਨਹੀਂ ਲਾਉਣਾ ਚਾਹੁੰਦਾ। ਇਹ ਤਾਂ ਚਲੋ ਵੱਖਰੀ ਗੱਲ ਹੈ ਕਿ ਐਸ ਜੀ ਪੀ ਸੀ 'ਤੇ ਇਹਨਾਂ ਦਾ ਕਬਜ਼ਾ ਹੈਗਾ, ਅਤੇ ਜਦੋਂ ਵੀ ਇਹਨਾਂ ਦੀ ਕੋਈ ਰੈਲੀ ਹੁੰਦੀ ਹੈ ਤਾਂ ਸਾਰੇ ਐਸ ਜੀ ਪੀ ਸੀ ਦੇ ਮੁਲਾਜ਼ਮਾਂ ਨੂੰ ਬੁਲਾ ਲੈਂਦੇ ਹੈ, ਐਸ ਜੀ ਪੀ ਸੀ ਦੇ ਗੁਰਦੁਆਰਿਆਂ ਤੋਂ ਹੀ ਲੰਗਰ ਆ ਜਾਂਦਾ ਹੈ। ਪਰ ਪੰਜਾਬ ਦੇ ਸਾਰੇ ਲੋਕ ਜਾਣਦੇ ਇਹਨਾਂ ਦੀ ਅਸਲੀਅਤ, ਕੋਈ ਛੁੱਪੀ ਨਹੀਂ ਹੋਈ, ਇਹ ਤਾਂ ਕਿਧਰੇ ਵੀ ਨਹੀਂ ਹੈ ਟੱਕਰ ਵਿੱਚ। ਉਹ ਭਾਜਪਾ ਨੇ ਜੋ ਪੰਜਾਬ ਦੇ ਨਾਲ ਕੀਤਾ, ਚਾਹੇ ਉਹ ਕਿਸਾਨਾਂ ਦੇ ਹੱਕ ਮਾਰਨ ਵਾਲੀ ਗੱਲ ਹੋਏ, ਖੇਤੀ ਕਾਨੂੰਨ ਹੋਣ, ਔਰ ਚਾਹੇ ਹੁਣ ਕਿੱਲਾਂ ਵਿਛਾ ਕੇ ਉਹਨਾਂ ਦਾ ਰਸਤਾ ਰੋਕਣ ਦੀ ਗੱਲ ਹੋਵੇ, ਜਾਂ ਗੋਲੀਆਂ ਮਾਰਨ ਦੀ ਗੱਲ ਹੋਵੇ, ਜਾਂ ਐਮ ਐਸ ਪੀ ਨਾ ਦੇਣ ਦੀ ਗੱਲ ਹੋਵੇ, ਜਾਂ ਫਿਰ ਪੰਜਾਬ ਦਾ ਜਿਹੜਾ 12,000 ਕਰੋੜ ਰੁਪਇਆ ਇਹਨਾਂ ਨੇ ਰੋਕਿਆ ਹੋਇਆ, ਪੰਜਾਬ 'ਚ ਕੋਈ ਕੰਮ ਨਹੀਂ ਇਹਨਾਂ ਨੇ ਹੋਣ ਦਿੱਤਾ, ਪੰਜਾਬ ਦੇ ਹੱਕ ਮਾਰ ਰਹੇ ਹੈ, ਚਾਹੇ ਉਹ ਬੀ ਬੀ ਐਮ ਬੀ ਹੈ, ਚਾਹੇ ਚੰਡੀਗੜ੍ਹ ਹੈ, ਚਾਹੇ ਪੰਜਾਬ ਯੂਨੀਵਰਸਿਟੀ ਹੈ। ਸੋ ਇਹਨਾਂ ਸਾਰੀਆਂ ਗੱਲਾਂ ਕਰਕੇ ਭਾਜਪਾ ਵੀ ਜਿਹੜਾ ਹੈ ਉਹ ਉਹਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ। ਔਰ ਪਟਿਆਲੇ ਵੀ ਜਿਹੜੀਆਂ ਜਾਂ ਹੋਰ ਥਾਵਾਂ 'ਤੇ ਵੀ ਜਿਹੜੀਆਂ ਪ੍ਰਧਾਨ ਮੰਤਰੀ ਸਾਹਿਬ ਦੀਆਂ ਰੈਲੀਆਂ ਹੋ ਰਹੀਆਂ, ਉਹਦੇ ਲਈ ਹਿਮਾਚਲ ਤੋਂ, ਹਰਿਆਣੇ ਤੋਂ, ਯੂਪੀ ਤੋਂ ਲੇਬਰ ਜਿਹੜੀ ਹੈ ਉਹ ਦਿਹਾੜੀ 'ਤੇ ਲਿਆਈ ਜਾ ਰਹੀ ਹੈ। ਔਰ ਹੱਦ ਤਾਂ ਉਦੋਂ ਹੋ ਗਈ ਕਿ ਦਿਹਾੜੀ 'ਤੇ ਲੇਬਰ ਲਿਆ ਕੇ ਵੀ ਜਿਹੜਾ ਇਹਨਾਂ ਦੇ ਲੀਡਰਾਂ ਨੇ ਉਹਨਾਂ ਨੂੰ ਪੈਸੇ ਨਹੀਂ ਦਿੱਤੇ, ਤੇ ਪਟਿਆਲੇ ਦੇ ਕਿਲਾ ਚੌਂਕ ਵਿੱਚ ਉਸ ਦਿਨ ਜਦੋਂ ਮੋਦੀ ਸਾਹਿਬ ਆਏ ਸੀ ਤੇ ਰੋਲਾ ਪਾਉਂਦੇ ਦੇਖੇ ਗਏ। ਮੁੱਖ ਗੱਲ ਇਹ ਆ ਜਿਹੜੀਆਂ ਨੇ ਕਿਧਰੇ ਵੀ ਨਹੀਂ ਖੜੀਆਂ। ਔਰ ਖਾਸ ਕਰਕੇ ਭਾਜਪਾ ਨੇ ਜਿਹੜਾ ਦੇਸ਼ ਦੇ ਨਾਲ ਧਰੋਹ ਘੁਮਾਇਆ, ਚਾਹੇ ਉਹ ਨੋਟਬੰਦੀ ਦੇ ਰਾਹੀਂ ਸੀ, ਚਾਹੇ ਉਹ ਜੀ ਐਸ ਟੀ ਦੇ ਰਾਹੀਂ ਸੀ, ਚਾਹੇ ਉਹ ਮਹਿੰਗਾਈ ਦੇ ਰਾਹੀਂ ਸੀ, ਚਾਹੇ ਉਹ ਦੇਸ਼ ਦੀ ਸੰਪੱਤੀ ਵੇਚਣ ਦੇ ਰਾਹੀਂ ਸੀ, ਚਾਹੇ ਉਹ ਇੰਡਸਟਰੀ ਨੂੰ ਬਾਂਹ ਮਰੋੜ ਕੇ ਈਡੀ ਭੇਜ ਕੇ ਉਸ ਤੋਂ ਚੰਦਾ ਲੈ ਕੇ ਫਿਰ ਉਹ 100-100 ਗੁਣਾ ਧੰਦਾ ਦੇਣ ਦਾ ਸੀ, ਚਾਹੇ ਉਹ ਔਰਤਾਂ ਦੇ ਖਿਲਾਫ਼ ਸੀ, ਚਾਹੇ ਉਹ ਜਵਾਨਾਂ ਦੇ ਖਿਲਾਫ਼ ਸੀ, ਚਾਹੇ ਨੌਜਵਾਨਾਂ ਦੇ ਖਿਲਾਫ਼ ਸੀ, ਚਾਹੇ ਉਹ ਤੁਹਾਡੀ ਆਯੂ ਜਿਹੜੀ ਅਗਨੀਵੀਰ ਸਕੀਮ ਹੈ ਉਹ ਸੀ, ਹਰ ਥਾਂ 'ਤੇ ਦੇਸ਼ ਦੇ ਨਾਲ ਦਗਾ ਕਮਾਇਆ ਭਾਜਪਾ ਨੇ। ਸੋ ਭਾਜਪਾ ਵੀ ਜਿਹੜਾ ਉਹ ਕਿਧਰੇ ਨਹੀਂ ਉਹਨਾਂ ਦਾ ਆਧਾਰ ਹੈ, ਔਰ ਆਮ ਆਦਮੀ ਪਾਰਟੀ ਜਿਹੜੀ ਹੈ 13-0 ਦੇ ਨਾਲ ਪੰਜਾਬ 'ਚ ਜਿੱਤ ਰਹੀ ਹੈ ਜੀ। ਆਖਰੀ ਵਿੱਚ ਜਿਹੜਾ ਸਾਰਿਆਂ ਦੇ ਮਨਾਂ 'ਚ ਸਵਾਲ ਹੈ, ਇਹ ਆਖਰੀ ਸਵਾਲ ਤੁਹਾਡੇ ਲਈ, ਇਸ ਵਾਰ ਦਲ ਬਦਲੀਆਂ ਬੜੀਆਂ ਹੋਈਆਂ ਨੇ, ਤੁਹਾਡੀ ਪਾਰਟੀ 'ਚੋਂ ਵੀ ਗਏ, ਤੁਹਾਡੀ ਪਾਰਟੀ 'ਚ ਵੀ ਆਏ, ਔਰ ਲੋਕ ਇਸ ਗੱਲ 'ਤੇ ਜਿਹੜੇ ਭੰਬਲ ਭੂਸੇ 'ਚ ਰਹੇ ਕਿ ਇਹ ਹੋ ਕੀ ਰਿਹਾ, ਬੰਦਾ ਜਿੱਤਦਾ ਇੱਕ ਪਾਰਟੀ 'ਚੋਂ ਹੈ, ਅਗਲੀ ਇਲੈਕਸ਼ਨ 'ਚ ਕਿਸੇ ਹੋਰ ਪਾਰਟੀ 'ਚ ਹੁੰਦਾ, ਅਤੇ ਉਸ ਤੋਂ ਬਾਅਦ ਇਲੈਕਸ਼ਨ 'ਚ ਜਾ ਕੇ ਫਿਰ ਅਗਲੀ ਪਾਰਟੀ 'ਚ ਹੋਰ ਹੁੰਦਾ, ਪਤਾ ਨਹੀਂ ਲੱਗਦਾ, ਦਲ ਬਦਲੀਆਂ ਤੁਸੀਂ ਕੀ ਸਮਝਦੇ ਹੋ, ਠੀਕ ਹੁੰਦੀਆਂ ਨੇ, ਔਰ ਇਹਦਾ ਕੀ ਲੋਕਾਂ ਵੱਲੋਂ ਕੋਈ ਨਾ ਕੋਈ ਜਵਾਬ ਇਸ ਵਾਰ ਦੀਆਂ ਇਲੈਕਸ਼ਨਾਂ 'ਚ ਦਿੱਤਾ ਜਾਏਗਾ ਜਿਨ੍ਹਾਂ ਨੇ ਦਲ ਬਦਲੀਆਂ ਕੀਤੀਆਂ ਨੇ? ਵੜੈਚ ਸਾਹਿਬ, ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਇੱਕ ਆਦਮੀ ਜਿਹੜੀ ਪਾਰਟੀ 'ਚ ਇੱਕ ਵਾਰੀ ਜੁਆਇਨ ਹੋ ਗਿਆ ਉਹ ਉਸੀ ਪਾਰਟੀ ਵਿੱਚ ਹੀ ਹਮੇਸ਼ਾ ਰਹੇ ਜੀ, ਕਿਉਂਕਿ ਬੜੀ ਵਾਰ ਇਹ ਹੁੰਦਾ ਕਿ ਪਾਰਟੀ 'ਚ ਰਹਿਣ ਤੋਂ ਬਾਅਦ ਉਹਦੀ ਅਸਲੀਅਤ ਪਤਾ ਚੱਲਦੀ ਹੈ, ਅਤੇ ਉਹ ਫਿਰ ਉਹਨੂੰ ਫੈਸਲਾ ਲੈਣਾ ਪੈਂਦਾ ਔਰ ਪਾਰਟੀ ਚੇਂਜ ਕਰਨੀ ਪੈਂਦੀ ਹੈ। ਪਰ ਔਰ ਆਪਾਂ ਇਹ ਜਾਣਦੇ ਹਾਂ ਕਿ ਇਲੈਕਸ਼ਨ ਦੇ ਨੇੜੇ ਜਿਹੜੀਆਂ ਦਲ ਬਦਲੀਆਂ ਜ਼ਿਆਦਾ ਹੁੰਦੀਆਂ ਨੇ, ਕਿਉਂਕਿ ਉਸ ਸਮੇਂ ਲੋਕਾਂ ਦੇ ਉੱਤੇ ਉਹਨਾਂ ਦੇ ਆਪਣੇ ਜਿਹੜੇ ਮਨਸੂਬੇ ਹੁੰਦੇ ਨੇ, ਆਪਣੀਆਂ ਐਂਬੀਸ਼ਨਸ ਜਿਹੜੀਆਂ ਹੁੰਦੀਆਂ ਨੇ ਉਹ ਜ਼ਿਆਦਾ ਭਾਰੂ ਹੋ ਜਾਂਦੀਆਂ ਨੇ। ਇਹ ਮੇਰੇ ਖਿਆਲ ਨਾਲ ਸਿਧਾਂਤਕ ਤੌਰ 'ਤੇ ਗਲਤ ਹੁੰਦਾ ਹੈਗਾ, ਔਰ ਖਾਸ ਤੌਰ 'ਤੇ ਇਸ ਵਾਰੀ ਜਿਹੜੀਆਂ ਦਲ ਬਦਲੀਆਂ ਹੋਈਆਂ ਨੇ ਉਹਦੇ ਵਿੱਚ ਜਿੱਥੇ ਤੱਕ ਤਾਂ ਦੇਖੋ ਸਾਡੀ ਪਾਰਟੀ 'ਚ ਲੋਕ ਆਏ ਨੇ, ਅਸੀਂ ਤਾਂ ਨਾ ਤਾਂ ਪੈਸਾ ਦਿੰਦੇ ਹਾਂ ਜੀ, ਨਾ ਅਸੀਂ ਡਰਾਨੇ ਧਮਕਾਨੇ ਹਾਂ, ਨਾ ਕਿਸੇ ਦੇ ਕੇਸ ਅਸੀਂ ਕੈਂਸਲ ਕਰਦੇ ਹਾਂ, ਇਨਕੁਆਇਰੀਆਂ ਰੋਕਦੇ ਹਾਂ। ਸਾਡੀ ਪਾਰਟੀ ਜਿਹੜੇ ਲੋਕ ਆਏ ਨੇ ਉਹ ਸਾਡੀਆਂ ਨੀਤੀਆਂ ਨੂੰ ਦੇਖ ਕੇ ਆਏ ਨੇ, ਸਾਡੀ ਵਿਚਾਰਧਾਰਾ, ਸਾਡੇ ਕੰਮ ਨੂੰ ਦੇਖ ਕੇ ਆਏ ਨੇ। ਜਿਹੜੇ ਪਰ ਦੂਜੀਆਂ ਪਾਰਟੀਆਂ 'ਚ ਗਏ ਨੇ ਉਹਨਾਂ ਬਾਰੇ ਆਪਾਂ ਸਾਰੇ ਜਾਣਦੇ ਹਾਂ ਕਿ ਇਹ ਗੱਲ ਜਿਹੜੀ ਹੈ ਆਪਾਂ ਨਹੀਂ ਕਹਿ ਸਕਦੇ, ਖਾਸ ਕਰਕੇ ਜਿਹੜੇ ਲੋਕ ਭਾਜਪਾ 'ਚ ਗਏ ਨੇ, ਕਿਉਂਕਿ ਭਾਜਪਾ ਪੈਸਾ ਵੀ ਦੇਣ ਨੂੰ ਤਿਆਰ ਹੁੰਦੀ ਹੈ, ਭਾਜਪਾ ਈਡੀ ਸੀਬੀਆਈ ਦਾ ਗਲਤ ਇਸਤੇਮਾਲ ਵੀ ਕਰਦੀ ਹੈ। ਸੋ ਕਿਧਰੇ ਨਾ ਕਿਧਰੇ ਜਿਹੜੇ ਲੋਕ ਭਾਜਪਾ 'ਚ ਗਏ ਨੇ
ਉਸ ਉਹਨਾਂ ਦੇ ਕੇਸ ਵਿੱਚ ਇਹ ਜਿਹੜੇ ਫੈਕਟਰਸ ਨੇ ਇਹ ਜ਼ਿਆਦਾ ਭਾਰੂ ਨੇ। ਜੀ ਜੀ, ਦਾ ਜਿਹੜਾ ਕੰਮ ਕਰਨਾ ਹੈਗਾ ਹੈ, ਇਨਵੋਲਵ ਹੋਣਾ ਹੈ, ਇਹ ਬਹੁਤ ਹੀ ਮੰਦਭਾਗਾ ਔਰ ਨਿੰਦਣਯੋਗ ਹੈਗਾ, ਔਰ ਜਿਹੜੇ ਲੋਕ ਇਸ ਕਰਕੇ ਗਏ ਨੇ ਉਹਨਾਂ ਦੇ ਆਪਣੇ ਅਕਸ ਤਾਂ ਖਰਾਬ ਹੁੰਦੇ ਹੀ ਨੇ, ਤੇ ਨਾਲ ਜਿਹੜੀ ਪਾਰਟੀ ਜਾਂਦੀ ਪਾਰਟੀ 'ਚ ਵੀ ਜਾਂਦੇ ਉਹਦਾ ਵੀ ਹੁੰਦਾ। ਮਲੋਤਾ ਸਾਹਿਬ ਬਹੁਤ ਬਹੁਤ ਸ਼ੁਕਰੀਆ, ਤੁਸੀਂ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਔਰ ਅਖੀਰ ਵਿੱਚ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ ਕਿ ਜਦੋਂ ਚੋਣਾਂ ਵੇਲੇ ਆ ਕੇ ਦਲ ਬਦਲੀਆਂ ਹੁੰਦੀਆਂ ਨੇ ਤਾਂ ਇਹ ਸੱਚਮੁੱਚ ਗਲਤ ਹੁੰਦੀ ਹੈ। ਖੈਰ, ਇਹ ਹੁਣ ਲੋਕਾਂ ਨੇ ਫੈਸਲਾ 1 ਜੂਨ ਨੂੰ ਕਰ ਦੇਣਾ ਔਰ 4 ਤਰੀਕ ਨੂੰ ਤੁਹਾਡੇ ਸਾਹਮਣੇ ਸਭ ਕੁਝ ਆ ਜਾਣਾ। ਸਾਡੀਆਂ ਸ਼ੁਭ ਇਸ਼ਾਵਾਂ ਨੇ ਕਿ ਜਿਸ ਹਿਸਾਬ ਨਾਲ ਤੁਸੀਂ ਕਲੇਮ ਕਰਦੇ ਹੋ ਤੁਸੀਂ ਉਸੇ ਢੰਗ ਨਾਲ ਤੁਹਾਨੂੰ ਲੋਕ ਉਹਦਾ ਜਿਹੜਾ ਉਹ ਰਿਸਪੋਂਸ ਦੇਣਗੇ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਮਲੋਤਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਔਰ ਤੁਹਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ। ਔਰ ਇਸ ਸੁਨੇਹੇ ਦੇ ਨਾਲ ਕਿ 1 ਜੂਨ ਨੂੰ ਵੱਧ ਤੋਂ ਵੱਧ ਵੋਟਾਂ ਪਾਉਣੀਆਂ ਨੇ, ਘਰ ਨਹੀਂ ਬੈਠਣਾ। ਲੋਕਤੰਤਰ ਦੇ ਵਿੱਚ ਵੋਟ ਦਾ ਹੱਕ ਬਹੁਤ ਵੱਡਾ ਹੱਕ ਹੈ, ਕਿਉਂਕਿ ਜੇਕਰ ਅਸੀਂ ਘਰੇ ਬੈਠੇ ਰਹਾਂਗੇ ਤਾਂ ਫਿਰ ਅਸੀਂ ਨਹੀਂ ਕਹਿ ਸਕਾਂਗੇ ਕਿ ਸਰਕਾਰਾਂ ਮਾੜੀਆਂ ਨੇ ਜਾਂ ਸਿਸਟਮ ਮਾੜਾ ਹੈ। ਸੋ ਤੁਹਾਡੇ ਕੋਲ ਹੁਣ ਮੌਕਾ ਆ ਰਿਹਾ 1 ਜੂਨ ਦਾ ਕਿ ਤੁਸੀਂ ਕਿਹੋ ਜਿਹੇ ਆਪਣੇ ਪ੍ਰਤੀਨਿਧ ਚੁਣਨੇ ਆ। 1 ਜੂਨ ਨੂੰ ਆਪਾਂ ਸਾਰਿਆਂ ਨੇ ਵੋਟਾਂ ਪਾਉਣੀਆਂ ਨੇ। ਮੈਨੂੰ ਦਿਓ ਇਜਾਜ਼ਤ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।